अपना नाम
ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਜਿਆ ਜਿਨ ਮਨ ਹੋਰ ਮੁੱਖ ਹੋਰ ਬੋਲੋ ਜਰਾ ਜਿਨ ਮੁੱਖ ਸੇ ਕਾਂਡੇ ਕੱਚੇ ਨੇ ਉਹ ਸ਼ਬਦ ਦੀ ਸੰਪੂਰਨਤਾ 'ਤੇ ਜਾ ਕੇ ਜਿਹੜਾ ਬਾਬੇ ਫਰੀਦ ਜੀ ਨੇ ਤਰਲਾ ਪਾਇਆ ਕਿਤੇ ਹਰ ਸਿੱਖ ਪਾਵੇ ਹਰ ਧੀ ਪਾਵੇ ਆਖੋ ਵਾਹਿਗੁਰੂ ਵਾਹਿਗੁਰੂ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਪਨਾਹ ਕਹਿੰਦੇ ਸ਼ਰਨ ਵਿੱਚ ਆਉਣਾ ਕਿਹਨੂੰ ਕਹਿੰਦੇ ਅਸੀਂ ਕਿੱਥੇ ਆਏ ਹਾਂ ਸ਼ਰਨ ਵਿੱਚ ਆਏ ਹਾਂ ਬਾਬਾ ਫਰੀਦ ਕਹਿੰਦਾ ਹੇ ਖੁਦਾ ਮੈਂ ਤੇਰੀ ਪਨਾਹ 'ਚ ਆਇਆ ਅਤੇ ਝੋਲੀ ਅੱਡੀ ਤੇਰੇ ਅੱਗੇ ਮੈਂ ਦੁਨੀਆ ਦੀ ਦੌਲਤ ਨਹੀਂ ਮੰਗੀ ਮੈਂ ਦੁਨੀਆ ਦੀਆਂ ਪਦਵੀਆਂ ਨਹੀਂ ਮੰਗੀਆਂ ਮੈਂ ਧੀਆਂ ਪੁੱਤਰ ਪਰਿਵਾਰ ਦੇ ਸੁੱਖ ਨਹੀਂ ਮੰਗੇ ਅੱਜ ਤੇਰੇ ਚਰਨਾਂ ਵਿੱਚ ਠੂਠਾ ਰੱਖ ਕੇ ਝੋਲੀ ਅੱਡ ਕੇ ਜਿਹੜੀ ਮੈਂ ਦਾਤ ਤੇਰੇ ਕੋਲ ਮੰਗੀ ਹੈ ਸ਼ੇਖ ਫਰੀਦ ਖੈਰ ਦੀਜੇ ਬੰਦਗੀ ਆਉਂਦੀ ਨਹੀਂ ਬਾਣੀ ਲੱਗਦੀ ਬੋਲਦੇ ਨਹੀਂ ਬੋਲੋ ਸ਼ੇਖ ਖੈਰ ਬੜੀ ਢਿੱਲੀ ਆਵਾਜ਼ ਆ ਚਾਹੀਦੀ ਨਹੀਂ ਲੱਗਦੀ ਬੰਦਗੀ ਚਾਹੀਦੀ ਨਹੀਂ ਬੋਲੋ ਨਾ ਮੈਂ ਨਹੀਂ ਕਿਹਾ ਤੁਹਾਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਫਰੀਦ ਨੇ ਕੀਤਾ ਹੈ ਫਰੀਦ ਨੇ ਤਾਂ ਇਸ ਤਰ੍ਹਾਂ ਕੀਤਾ ਸੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਇਹ ਖੁਦਾ ਮੈਂ ਤੇਰੀ ਪਨਾਹ 'ਚ ਆਇਆ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਇਹ ਵੀ ਪਤਾ ਹੈ ਤੂੰ ਬਖਸ਼ੰਦ ਬੜਾ ਹੈ ਜਿਹਦੇ ਕੋਲ ਤੇਰੇ ਕੋਲ ਜੋ ਕਿਹਾ ਉਹ ਮਿਲ ਜਾਣਾ ਹੈ ਅਤੇ ਮੈਂ ਅੱਜ ਦੁਨੀਆ ਦੀ ਦੌਲਤ ਨਹੀਂ ਹੋ ਮੰਗਦਾ ਮੈਂ ਅੱਜ ਦੁਨੀਆ ਦੇ ਸੁੱਖ ਨਹੀਂ ਹੋ ਮੰਗਦਾ ਮੈਂ ਤੇਰੇ ਕੋਲ ਅੱਜ ਮੰਗਣ ਆਏ ਸ਼ੇਖ ਫਰੀਦ ਖੈਰ ਦੀਜੇ ਵਾਹ ਮੇਰੀ ਝੋਲੀ ਚ ਵਾਹਿਗੁਰੂ 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 ਸ਼ਾਂਤ ਹੋ ਗਏ ਸ਼ਾਂਤ ਹੋ ਕੇ ਵਿਚਾਰ ਬੰਦ ਕਰੋ ਥੋੜਾ ਲੱਸ ਹੋ ਗਿਆ ਵਾਹਿਗੁਰੂ 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 ਜਦੋਂ ਭਾਈ ਸਾਹਿਬ ਕੀਰਤਨ ਕਰਦੇ ਸੀ ਨਾ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਵਾਹ ਬਾਬਾ ਫਰੀਦ ਵਾਹ ਤਿੰਨ ਬੰਦੇ ਇਕੱਠੇ ਬਹਿ ਜਾਣ ਨਾ ਜੀ ਪਕੜ ਰਹੇ ਹੋ ਚਸ਼ਮੇ ਵਾਲੇ ਵੀ ਤਿੰਨ ਬੰਦੇ ਇਕੱਠੇ ਬਹਿ ਜਾਣ
ਤੇ ਇੱਕ ਦੀ ਗੱਲ ਹੋਵੇ ਤੇ ਦੂਸਰਾ ਸੜਦਾ ਹੈ ਕਿ ਨਹੀਂ ਬੋਲੋ। ਦੁਨਿਆਵੀ ਸੁਭਾਅ ਨੂੰ ਵੇਖੋ ਨਾ, ਜਰਾ ਤਿੰਨ ਬੰਦੇ ਇਕੱਠੇ ਬੈਠੇ ਹੋਣ ਤੇ ਇੱਕ ਦੀ ਹੋਵੇ ਗੱਲ ਤੇ ਦੂਸਰਾ ਬੋਲੋ ਨਾ ਗੁਰੂ ਸੜਦਾ ਹੈ ਕਿ ਨਹੀਂ, ਸਾਰੀ ਦੁਨੀਆ ਸੜ ਰਹੀ ਹੈ ਕਿ ਨਹੀਂ। ਅੱਖ ਵਾਹਿਗੁਰੂ ਇੱਕ ਦੂਸਰੇ ਵੱਲ ਵੇਖ ਕੇ ਲੋਕੀ ਸੜ ਰਹੇ, ਇੱਕ ਦੂਸਰੇ ਵੱਲ ਵੇਖ ਕੇ ਪੁੱਜਦੇ ਲੋਕੀ। ਮਗਰ ਬਾਬਾ ਫਰੀਦ ਤੂੰ ਕਿੰਨੀ ਮੁਬਾਰਕ ਨੂੰ ਹੈ, ਜਨਮ ਦਿਨ ਅੱਜ ਬਾਬਾ ਕਬੀਰ ਜੀ ਦਾ ਹੈ, ਹਾਜ਼ਰੋ ਜਨਮ ਦਿਨ ਅੱਜ ਬਾਬਾ ਤੇ ਵਧਾਈਆਂ ਤੂੰ ਦੇ ਰਿਹਾ, ਇਕੱਠੇ ਬੈਠੇ ਹੋ ਪੰਦਰਾਂ ਕਿੰਨੇ ਇਕੱਠੇ ਬੈਠੇ, ਕੋਈ ਸਾੜਾ ਨਹੀਂ। ਬਾਬਾ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਕੀਤੀ ਹੈ ਨਾ, ਮੇਰੀ ਉਹ ਭੈਣੋ ਵੀਰੋ ਗੁਰਸਿੱਖੋ, ਜਿਹੜੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ ਉੱਥੇ ਪਹਿਲ ਕਬੀਰ ਜੀ ਨੂੰ ਦਿੱਤੀ। ਅੱਖ ਵਾਹਿਗੁਰੂ ਵਾਹਿਗੁਰੂ ਪਹਿਲ ਕਬੀਰ ਜੀ। ਸੋਠ ਰਾਗ ਦੀ ਭਗਤ ਬਾਣੀ ਹੋਵੇ, ਤਨਾਸਰੀ ਦੀ ਹੋਵੇ, ਕਿਸੇ ਰਾਗ ਦੀ ਭਗਤ ਬਾਣੀ, ਤੁਸੀਂ ਸ਼ਾਇਦ ਇਸ ਗੱਲ ਤੋਂ ਵਾਕਫ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਪਾਠ ਕਰਨ ਵਾਲਿਆਂ ਨੂੰ ਪਤਾ ਹੈ, ਜਿਹੜਾ ਵੀ ਰਾਗ ਆਰੰਭ ਕੀਤਾ ਸਭ ਤੋਂ ਪਹਿਲਾਂ ਬਾਣੀ, ਬਸ ਇੰਨੀ ਕਹੋਗੇ ਤਾਂ ਮੈਨੂੰ ਠੰਡ ਪਊ, ਉੱਚੀ ਬੋਲੋ ਭਗਤ। ਹੁਣ ਨਾਲ ਬੈਠਾ ਬਾਬਾ ਫਰੀਦ ਜਿਹਨੂੰ ਸਭ ਤੋਂ ਪਿੱਛੇ ਬਾਲਿਆ, ਤੇ ਪਤਾ ਕੀ ਕਹਿੰਦਾ, ਕਬੀਰ ਅੱਜ ਤੇਰਾ ਜਨਮ ਦਿਨ ਹੈ ਤੇ ਮੈਂ ਤੇਰੇ ਲਈ ਗਾਉਣਾ ਤਿੰਨ ਧੰਨ ਜਣੇ ਦੀ ਮਾਂ, ਇੱਕ ਕਲੇਜੇ ਚੌੜੇ ਦੀ ਕਹਾਣੀ ਆ, ਪਤਾ ਲੱਗਾ ਕਿ ਨਹੀਂ, ਇੱਕ ਕਲੇਜੇ ਵਿਸ਼ਾਲ ਦਿਲ ਦੀ ਕਹਾਣੀ ਆ, ਨਹੀਂ ਤੇ ਜਿਹਦਾ ਨਾਮ ਪਹਿਲੋਂ ਲੈ ਲਿਆ ਜਾਵੇ ਦੂਸਰਾ ਪਿਛਲਾ ਫਿਰ ਸੜਦਾ ਹੈ ਕਿ ਨਹੀਂ। ਅੱਖ ਵਾਹਿਗੁਰੂ ਇਹਨੂੰ ਸੀ, ਇਹਨਾਂ ਦੀ ਅੰਦਰਲੀ ਅੱਗ ਬੁਝੀ ਸੀ, ਵਿਸਰ ਗਈ, ਕਿਉਂ ਬੜਾ ਮਾਰੋ ਸੋਹਣੀ ਤਰ੍ਹਾਂ, ਵਿਸਰ ਗਈ ਸਭ ਤਾਦਮੀ ਜ ਹਾਂ ਵੀ ਬਬਲ ਕਿਹਨੂੰ ਕਹਿੰਦੇ ਤਾ, ਸਾੜੇ ਨੂੰ, ਸਾੜੇ ਨੂੰ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰਾ ਸਾਨਾ ਭੁੱਲ ਗਿਆ, ਮੇਰਾ ਸਾਨਾ ਹੀ ਮੁੱਕ ਗਿਆ। ਮਹਾਰਾਜ ਕੀ ਦਵਾਈ ਖਾਧੀ ਜੇ ਇੱਥੇ ਬੜੇ ਬੜੇ ਗਿਆਨੀ ਧਿਆਨੀ ਰਾਗੀ ਢਾਡੀ ਆ, ਅਸੀਂ ਇੱਕ ਕਮਰੇ 'ਚ ਬਹਿ ਜਾਈਏ ਨਾ ਭਾਈ ਸਾਹਿਬ, ਅਤੇ ਅਸੀਂ ਤੀਸਰੇ ਦਿਨ ਸਾਡੀ ਖੜਕ ਪੈਣੀ। ਸੱਚ ਆ, ਇਹਦੇ 'ਚ ਕੁਝ ਝੂਠ ਨਹੀਂ। ਤਿੰਨ ਸੰਤ ਇਕੱਠੇ ਨਹੀਂ ਰਹਿ ਸਕਦੇ, ਤਿੰਨ ਰਾਗੀ ਇਕੱਠੇ ਨਹੀਂ ਰਹਿ ਸਕਦੇ, ਤਿੰਨ ਸਿੱਖ ਇਕੱਠੇ ਨਹੀਂ ਬਹਿ ਸਕਦੇ, ਇਸ ਤਰ੍ਹਾਂ ਹੀ ਹੈ ਨਾ ਜੀ। ਅੱਖ ਵਾਹਿਗੁਰੂ ਤਿੰਨ ਮੁਸਲਮਾਨ ਇਕੱਠੇ ਨਹੀਂ ਬਹਿ ਸਕਦੇ, ਤੁਸੀਂ ਪੰਦਰਾਂ ਬੈਠੇ ਹੋ ਤੇ ਪੰਦਰਾਂ ਹੀ ਕਮਾਲ ਦੀ ਗੱਲ ਹੈ, ਇੱਕ ਦੂਸਰੇ ਦਾ ਸਤਿਕਾਰ ਕਰਦੇ ਹੋ। ਤੁਹਾਨੂੰ ਨਹੀਂ ਪੈਂਦੀ ਵੀ ਗੱਲ ਕਬੀਰ ਜੀ ਦੀ ਕਿਉਂ ਹੋ ਰਹੀ? ਅੱਖ ਵਾਹਿਗੁਰੂ ਹੁਕਮਨਾਮਾ ਬਾਬਾ ਕਬੀਰ ਜੀ ਦਾ ਕਿਉਂ ਲਿਆ ਗਿਆ, ਮੇਰਾ ਕਿਉਂ ਨਹੀਂ ਲਿਆ, ਹੁਕਮਨਾਮਾ ਕਬੀਰ ਜੀ ਦਾ ਕਿਉਂ ਲਿਆ ਗਿਆ? ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ, ਵਿਸਰ ਗਈ ਸਭ ਸਾੜਾ ਮੈਨੂੰ ਹੁਣ ਭੁੱਲ ਗਿਆ, ਮੇਰਾ ਸਾੜਾ ਸਾਰਾ ਮੁੱਕ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਬਾਣੀ ਪੜ੍ਹਨ ਲੱਗੇ, ਪਿਆਰ ਨਾਲ ਉਸ ਗੱਲ ਨੂੰ ਪਕੜੋ ਜਿਹੜੀਆਂ ਜਿਹੜੀਆਂ ਭੁੱਖੀਆਂ ਰੂਹਾਂ ਨੇ ਤੁਹਾਡੇ ਵਿੱਚੋਂ, ਆ ਭੁੱਖੀਆਂ ਹੀ ਹੋ ਗਈਆਂ ਆਈਆਂ ਜੇ। ਪ੍ਰਧਾਨ ਸਾਹਿਬ ਮੈਨੂੰ ਕਹਿਣ ਡਿਆ ਸੀ ਵੀਕਡੇ 'ਚ ਸੰਗਤ ਨਹੀਂ ਹੁੰਦੀ, ਅਤੇ ਮੈਂ ਹੱਥ ਜੋੜੇ ਸੀ, ਮੈਂ ਕਿਹਾ ਇਹ ਤਾਂ ਬੈਠੇ ਆ ਨਾ, ਇਹਨਾਂ ਹਾਜ਼ਰ ਰਿਹੋ। ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੈ ਸਤਿਗੁਰ ਬੋਲੋ, ਉੱਚੀ ਬੋਲੋ, ਤੈ ਸਤ ਸੰਗਤ ਬਣਾਈ, ਤੈ ਜਿੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਭਾਵੇਂ ਦੋ ਬੈਠੇ ਹੋਣ, ਇੱਕ ਸਿੱਖ ਦੋ ਸਾਧ ਸੰਗ, ਜਿੱਥੇ ਇੱਕ ਸਿੱਖ ਵੀ ਬੈਠਾ ਹੋਵੇ ਤੇ ਉਹ ਸਿੱਖ ਰਹਿ ਗਿਆ, ਜਿੱਥੇ ਦੋ ਇਕੱਠੇ ਹੋ ਗਏ ਉਹ ਕੀ ਬਣ ਗਈ? ਸਤਸੰਗ ਬਣ ਗਈ। ਘਬਰਾਇਆ ਨਾ ਕਰੋ ਵੀ ਉਹਦੀ ਸੰਗਤ ਕਿ ਥੋੜ੍ਹੀ ਸੰਗਤ ਗਲਤ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਕੋਈ ਮੇਰੀ ਧੀ ਇੱਕ ਗੱਲ ਸੁਣ ਜਾਏ ਗੁਰੂ ਨਾਨਕ ਦੀ ਤੇ ਕੱਲ੍ਹ ਤੋਂ ਚੁਗਲੀ ਕਰਨ ਨੂੰ ਹਟ ਜਾਏ, ਇਹਨੂੰ ਕਹਿੰਦੇ ਸੰਗਤ ਕੀਤੀ। ਅੱਖ ਵਾਹਿਗੁਰੂ ਕੋਈ ਮੇਰਾ ਵੀਰ ਇੱਥੋਂ ਬਾਬੇ ਨਾਨਕ ਦੀ ਸੁਣ ਜਾਏ ਗੱਲ ਤੇ ਕੱਲ੍ਹ ਤੋਂ ਬੇਈਮਾਨੀ ਛੱਡਦੇ, ਨਿੰਦਾ ਸੁਣਨੀ ਛੱਡਦੇ। ਅੱਖ ਵਾਹਿਗੁਰੂ ਇਹਨੂੰ ਕਹਿੰਦੇ ਸਤਸੰਗਤ, ਵਿਸਰ ਗਈ ਕਦੋਂ ਦੀ, ਕਦੋਂ ਦੀ ਹਟ ਗਈ ਹੈ ਜੀ, ਇਹ ਕਦੋਂ ਦਾ, ਕਿਹੜੇ ਹਸਪਤਾਲ ਚੋਂ ਦਵਾਈ ਖਾਧੀ? ਕਹਿੰਦੇ ਜਬ ਤੇ ਸਾਧ ਸੰਗਤ ਹੋਏ ਭਾਈ,
ਇਹ ਸਾਰਾ ਰਾਮ ਮੈਨੂੰ ਕਿੱਥੋਂ ਆਇਆ? ਸਤਸੰਗਤ ਵਿੱਚੋਂ ਆਇਆ। ਆਪਾਂ ਵਾਹਿਗੁਰੂ ਵਾਹਿਗੁਰੂ ਤੇ ਕਮਾਲ ਦੀ ਗੱਲ ਆ, 15 ਇਕੱਠੇ ਬੈਠੇ ਤੇ 15 ਦੇ ਉੱਤੇ ਚੌਰ ਹੋ ਰਿਹਾ। ਚੌਰ ਕਿਉਂ ਹੋ ਰਿਹਾ? ਮੈਂ ਤੇ ਕਈ ਵਾਰ ਸੋਚਦਾ ਵੀ ਚੌਰ ਤੇ ਮੇਰੇ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਨਾ ਮਨ ਦੇ ਵਿੱਚ ਉਚਾਰ ਲਿਆਦੀ ਵੀ ਸਿੱਖਾਂ ਨੇ ਚੌਰ ਤੇ ਮੇਰੇ ਉੱਤੇ ਕਰਨਾ ਹੈ, ਗੁਰੂ ਨਾਨਕ ਸਾਹਿਬ ਦੀਆਂ 9 ਪਾਤਸ਼ਾਹੀਆਂ ਦੇ ਉੱਤੇ ਕਰਨਾ ਹੈ, 10 ਪਾਤਸ਼ਾਹੀਆਂ ਦੇ ਉੱਤੇ ਕਰਨਾ ਹੈ ਤੇ ਨਾਲ ਕਬੀਰ ਜੀ ਤੇ ਵੀ ਚੌਰ ਹੋ। ਬਾਬੇ ਨਾਨਕ ਦੀ ਅੰਦਰ ਦੀ ਅੱਗ ਵੀ ਬੁਝੀ, ਕਬੀਰ ਜੀ ਦੀ ਅੱਗ ਵੀ ਬੁਝੀ, ਫਰੀਦ ਜੀ ਦੀ ਬੋਲੋ ਅੱਗ ਵੀ ਬੁਝੀ, ਨਾਮਦੇਵ ਜੀ ਦੀ ਵੀ ਅੰਦਰਲਾ ਸਾੜਾ ਬੁਝਿਆ ਤੇ ਚੌਰ ਸਾਰਿਆਂ ਦੇ ਉੱਤੇ ਹੋ ਰਿਹਾ ਤੇ ਕਿਸੇ ਨੂੰ ਕੋਈ ਸਾੜਾ ਨਹੀਂ ਵੀ ਚੌਰ ਉਹਦੇ ਉੱਤੇ ਕਿਉਂ ਹੋ ਰਿਹਾ? ਪਕੜਾ ਜਾ ਰਹੀ ਨਹੀਂ। ਇਹ ਵਿਸ਼ਾਲ ਹਿਰਦਾ ਹੈ ਇਹਨਾਂ ਭਗਤਾਂ ਦਾ। ਜਨਮ ਦਿਨ ਹੈ ਅੱਜ ਬਾਬਾ ਕਬੀਰ ਜੀ ਦਾ। ਅਖ ਵਾਹਿਗੁਰੂ, ਤੁਹਾਨੂੰ ਲੱਖ ਲੱਖ ਵਧਾਈਆਂ। ਮਗਰ ਕੌਣ ਕਹਿ ਰਿਹਾ? ਬਾਬਾ ਫਰੀਦ ਕਹਿ ਰਿਹਾ। ਤਿੰਨ ਤਨ ਜਣੇਂਦੀ ਮਾਂ, ਬੋਲਿਓ ਉਹਨਾਂ ਦੀ ਧਨ ਹੈ ਜਾਣ ਵਾਲੀ ਮਾਂ ਤੇ ਉਹਨਾਂ ਦਾ ਇਸ ਧਰਤੀ ਤੇ ਆਉਣਾ। ਆਏ ਸਫਲ ਸੇ ਆਏ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾਏ ਸਵਾਉ, ਜਨ ਕੈ ਸੰਗ ਚਿਤ ਆਵੇ ਨਾਉ। ਨਾਲੇ ਦਾ ਸ਼ਬਦ ਪੜਿਆ, ਜੋੜੇ ਖਾਨੇ ਆ ਗਿਆ ਸੀ ਚੌਕੀਦਾਰ ਤੁਹਾਡਾ ਉਦੋਂ ਜਦੋਂ ਬਾਣੀ ਪੜ੍ਹ ਰਹੇ ਸੀ। ਰਾਮ ਜਪੋ ਜੀ, ਜਨ ਕੇ ਸੰਗ ਚਿਤ ਆਵੇ ਨਾਉ। ਕਬੀਰ ਜੀ ਨਹੀਂ ਕਹਿ ਰਹੇ ਪੈਸੇ ਕਮਾਓ ਲੋਕੋ, ਕਬੀਰ ਜੀ ਨਹੀਂ ਕਹਿ ਰਹੇ ਵੱਡੇ ਵੱਡੇ ਘਰ ਬਣਾਓ ਲੋਕੋ, ਕੀ ਕਹਿ ਰਿਹਾ? ਰਾਮ ਜਪੋ ਜੀ। ਤੇ ਨਾਲ ਕਿਵੇਂ ਜੁਗਤੀ ਵੀ ਦੱਸ ਰਹੇ ਵੀ ਕਿਤਰਾ ਜਪੋ, ਹੱਠ ਨਾ ਕਰਿਓ ਭਰੋਸੇ ਨਾਲ ਜਪਿਓ। ਦੋ ਗੱਲਾਂ ਕਹਿ ਗਏ ਤੁਹਾਡਾ ਚੌਕੀਦਾਰ, ਹੱਠ ਨਾ ਕਰਿਓ ਭਰੋਸੇ ਨਾਲ ਜਪਿਓ, ਦੀਨ ਦਿਆਲ ਭਰੋਸੇ ਤੇਰੇ। ਕਮਾਲ ਦੀ ਗੱਲ, ਦੋ ਬੱਚੇ ਹੋਏ ਨੇ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਦੋਵਾਂ ਦੀ ਉਮਰ 5-5 ਸਾਲ ਆ। ਹਾਜ਼ਰਿਓ ਕਿੰਨੇ ਕਿੰਨੇ ਜੀ? 5-5 ਸਾਲ। ਕਿਹੜੇ ਕਿਹੜੇ? ਧਰੂ ਤੇ ਪ੍ਰਭਾਤ। ਉਮਰ ਕੋਈ ਵਡੇਰੀ ਨਹੀਂ, ਆ ਮੇਰੀ ਹੁਣ 60 ਹੋ ਗਈ, ਹਰਜੀਤ ਸਿੰਘ ਦੀ ਮੇਰੇ ਨਾਲ ਦੀ ਉਮਰ ਆ। ਇਹ ਸਾਰੇ ਅਸੀਂ ਇੱਕ ਉਮਰ ਦੇ ਹਾਂ, ਮਗਰ ਅਸੀਂ ਉਸ ਪਦਵੀ ਤੇ ਨਾ ਉਹਨਾਂ ਦੇ ਚਰਨਾਂ ਤੱਕ ਵੀ ਨਹੀਂ ਪਹੁੰਚ ਸਕਦੇ ਜਿੱਥੇ 5 ਸਾਲ ਦੇ ਪਹੁੰਚ ਗਏ। ਉਹਨਾਂ ਦੀ ਕਹਾਣੀ ਦੀ ਇੱਕ ਦਲੀਲ ਦਿੱਤੀ ਗਈ ਦੁਨੀਆ ਦੇ ਲੋਕੋ, ਜੇ ਜਪਣਾ ਜੇ ਤੇ ਇਹਨਾਂ ਦੋਵਾਂ ਬੱਚਿਆਂ ਵਾਂਗ ਜਪੋ। ਕੀ ਗੱਲ ਹੋ ਗਈ? ਆ ਮੇਰੀ ਧੀ ਆ, ਪਿੱਛੇ ਪਿੱਛੇ ਲਖੰਡਾ ਵਿਭਾਗ ਨੂੰ ਸੁਚੇਤ ਰੂਪੋ ਤਤ ਪ੍ਰਭ ਕੇ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਕੇ ਧੋ ਕੇ ਬਹਿਣਾ ਪੈਂਦਾ। ਪੁੱਤਰ ਇਹ ਮੇਰੀ ਕੌਮ ਦਾ ਅਜੜਾਮਾ ਹੈ, ਅਸੀਂ ਗੁਰਦੁਆਰੇ ਜਾਂਦੇ ਸਾਨੂੰ ਮਿਲਦਾ ਕੁਝ ਨਹੀਂ। ਇੱਕ ਮਹਾਤਮਾ ਨੂੰ ਪੁੱਛਿਆ, ਹਾਜ਼ਰਿਓ ਜੀ, ਮੈਂ ਇੱਕ ਮਹਾਤਮਾ ਨੂੰ ਪੁੱਛਿਆ, ਲੋਕ ਹੁਣ ਅਲਾਮਾ ਦਿੰਦੇ ਗੁਰਦੁਆਰੇ ਜਾਂਦੇ ਤੇ ਮਿਲਦਾ ਕੁਛ ਨਹੀਂ। ਉਹ ਕਹਿੰਦੇ ਮਿਲਦਾ ਕੁਛ ਨਹੀਂ ਕਿ ਲੈਂਦੇ ਨਹੀਂ, ਨਹੀਂ ਪਕੜ 'ਚ ਨਹੀਂ ਆਇਆ। ਇਹ ਦਿੰਦਾ ਕੁਛ ਨਹੀਂ ਕਿ ਅਸੀਂ ਸੌਦਾ ਤੇ ਸੁਰਤ ਦੇ ਭਾਂਡੇ 'ਚ ਪੈਣਾ ਹੈ ਨਾ, ਕਿ ਇਸ ਭਾਂਡੇ 'ਚ ਤੇ ਸੁਰਤ ਤੇ ਇੱਥੇ ਖਲੋਂਦੀ ਕਿ ਨਹੀਂ? ਭਾਂਡਾ ਪਾਵੇ ਪਾਵੇ ਵੀ ਵਸਤੂ ਤੇ ਕਾਹਦੇ 'ਚ ਪਾਵੇ, ਸੁਰਤੇ 'ਚ ਖਲੋਂਦੀ ਨਹੀਂ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਗੁਰਬਾਣੀ 'ਚ ਲਿਖਿਆ। ਆਪਣੀ ਸੁਰਤ ਦਾ ਭਾਂਡਾ ਐਂ ਪਵਿੱਤਰ ਕਰ, ਉਹਦੇ ਵਿੱਚ ਮੇਰਾ ਗੁਰੂ ਨਾਨਕ ਤੇਰੇ 'ਚ ਵਸਤੂ ਪਾਊਗਾ ਵਾਹਿਗੁਰੂ ਦੇ ਨਾਮ ਦੀ। ਤੇ ਉਹਨਾਂ ਨੇ ਕਿਹਾ ਇਹਨਾਂ ਬੱਚਿਆਂ ਵਾਂਗੂ ਜਪੋ। ਕਿਹੜੇ ਕਿਹੜੇ? ਧਰੂ ਤੇ ਪ੍ਰਹਲਾਦ। 5 ਸਾਲ ਦਾ ਬੱਚਾ ਆਖ ਵਾਹਿਗੁਰੂ ਵਾਹਿਗੁਰੂ, ਪਿਓ ਮਨਾ ਕਰਦਾ ਹੈ, ਮਾਂ ਮਨਾ ਕਰਦੀ ਆ, ਮਾਸਟਰ ਮਨਾ ਕਰਦਾ ਹੈ, ਸੰਡਾ ਮਰਦਾ ਉਹਦਾ ਨਾਮ ਆ, ਉਹ ਵੀ ਕਹਿੰਦਾ ਛੱਡ ਦੇ ਤੂੰ, ਰਾਮ ਕਹਿਣ ਕੀ ਛੋਟ ਬਾਣ ਤੂੰ ਆਦਤ ਏ ਛੱਡ ਦੇ। ਮਾਂ ਕਹਿੰਦੀ ਪੁੱਤਰਾ ਰਾਮ ਕਹਿਣ ਦੀ ਗੱਲ ਛੱਡ ਦੇ, ਪਿਓ ਕਹਿੰਦਾ ਮਾਰ ਦੂੰਗਾ ਰਾਮ ਕਹਿਣਾ ਛੱਡ ਦੇ। ਮਗਰ ਇੱਕ ਬੱਚਾ ਇੰਨੇ ਭਰੋਸੇ 'ਚ ਬੈਠਾ, ਮੇਰੀ ਪੱਟੀਆ ਲਿਖ ਦਿਓ, ਨਕਲੀ ਨਹੀਂ ਬਾਣੀ ਬੋਲੋ ਨਾ ਗੁੰਜੋ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਕਿਹੜੀ ਪੱਟੀਆ ਭਲਾ? ਅਸੁਰਤ ਦੀ
ਇਹ ਮੇਰੇ ਮਾਲਕ ਮੇਰੀ ਸੁਰਤੀ ਪੱਟੀ ਤੇ ਲਿਖਦੇ ਵਾਹਿਗੁਰੂ 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 ਲਿਖਦੋ 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 ਵਾਹਿਗੁਰੂ 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 ਜੇ ਥੋੜੇ ਥੋੜੇ ਜਿਹੇ ਸੁਚੇਤ ਹੋ ਤੇ ਅੱਗੇ ਪ੍ਰਹਲਾਦ ਨੇ ਆਖਿਆ ਮੇਰੋ ਔਰ ਪੜ੍ਹਨ ਸਿਓ ਕੋਈ ਕੰਮ ਹੀ ਨੀ ਮੇਰਾ, ਮੈਂ ਪੜ੍ਹਨਾ ਹੀ ਨਹੀਂ ਜਿਹੜੀ ਦੂਸਰੀ ਪੜ੍ਹਾਈ ਤੂੰ ਮੈਨੂੰ ਪੜ੍ਹਾਉਣੀ ਚਾਹੁੰਦਾ, ਮੇਰੇ ਕਿਸੇ ਕੰਮ ਨਹੀਂ ਆਉਣੀ, ਮੇਰੇ ਕੰਮ ਤਾਂ ਪਰਮੇਸ਼ਵਰ ਦਾ ਜਪਿਆ ਹੋਇਆ ਨਾਮ ਆਉਣਾ ਹੈ, ਮੇਰੀ ਪੱਟੀ ਤੇ ਮੇਰੀ ਸੁਰਤ ਦੇ ਉੱਤੇ ਵਾਹਿਗੁਰੂ ਦਾ ਸ਼ਬਦ ਲਿਖ ਦੇ, ਵਾਹਿਗੁਰੂ ਦਾ ਸਿਮਰਨ ਲਿਖ ਦੇ, ਧੀਓ ਪਤਾ ਲੱਗ ਰਿਹਾ ਮੇਰੀ ਬੱਚੀਓ? ਆਖੋ ਵਾਹਿਗੁਰੂ ਵਾਹਿਗੁਰੂ, ਚੰਗੀ ਤਰ੍ਹਾਂ ਨੋਟ ਕਰੋ ਉਸ ਵਚਨ ਨੂੰ ਜਿਹੜਾ ਬਾਬਾ ਕਬੀਰ ਜੀ ਦਾ ਅੱਜ ਜਨਮ ਦਿਨ ਹੈ, ਕਿੰਨੇ ਕਿੰਨੇ ਸ਼ਬਦ ਪ੍ਰਭੂ ਕੇ ਰੱਖੇ ਨੇ ਬਾਬੇ ਕਬੀਰ ਨੇ, ਧਰੂ ਤੇ ਪ੍ਰਹਲਾਦ, ਕਮਾਲ ਦੀ ਕਹਾਣੀ, ਦੁਨੀਆਂ ਦੇ ਉੱਤੇ ਮਿਸਾਲ ਪੈਦਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਬਾਣੀ ਦਰਜ ਕਰਨੀ ਪਈ ਕਬੀਰ ਜੀ ਦੀ, ਜਿਹਦੇ ਵਿੱਚ ਲਿਖ ਦਿੱਤਾ ਦੁਨੀਆਂ ਦੇ ਲੋਕੋ ਜੇ ਨਾਮ ਜਪਣਾ ਇਹਨਾਂ 5 ਸਾਲ ਦੇ ਬੱਚਿਆਂ ਵਾਂਗ ਜਪੋ, ਭਰੋਸੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਜਪਿਆ ਤੇ ਵਚਨ ਕਰ ਰਿਹਾ ਸਾਂ ਵੀ ਜਨਮ ਦਿਨ ਤੇ ਬਾਬਾ ਕਬੀਰ ਜੀ ਦਾ ਹੈ, ਵਧਾਈਆਂ ਦੇ ਰਹੇ ਨੇ ਬਾਬਾ ਫਰੀਦ ਜੀ। ਇੱਕ ਦਿਨ ਮੈਂ ਬ੍ਰਿਸਬੇਨ ਦੇ ਵਿੱਚ ਆਸਟ੍ਰੇਲੀਆ ਕਥਾ ਕਰਾਂ, ਆਖੋ ਵਾਹਿਗੁਰੂ ਵਾਹਿਗੁਰੂ, ਉੱਚੀ ਬੋਲਿਆ ਕਰੋ ਵਾਹਿਗੁਰੂ। ਵੇਖੋ ਮੇਰੀ ਉਹ ਧੀਓ ਮੇਰੇ ਉਹ ਵੀਰੋ, ਕੱਪੜਾ ਜਦੋਂ ਅਸੀਂ ਧੋਨੇ ਹਾਂ, ਕੋਈ ਕੱਪੜਾ ਧੋਨੇ ਹਾਂ ਤੇ ਉਹਦੇ ਉੱਤੇ ਸਾਬਣ ਲਾਉਂਦੇ ਹਾਂ, ਪੋਲਾ ਜੇ ਬਹੁਤਾ ਮੈਲਾ ਹੋਵੇ ਤੇ ਪੋਲਾ ਲਾਈ ਜਾ ਕੇ ਘੁੱਟ ਕੇ, ਇੱਧਰ ਵੇਖ ਚਸ਼ਮੇ ਵਾਲੇ ਪੁੱਤਰ ਮੇਰੇ ਵੱਲ, ਜੇ ਬਹੁਤਾ ਮੈਲਾ ਕੱਪੜਾ ਹੋਵੇ ਤੇ ਉੱਤੇ ਸਾਬਣ ਪੋਲਾ ਪੋਲਾ ਲਾਈ ਦਾ ਕੇ ਘੁੱਟ ਕੇ, ਤੇ ਹੁਣ ਵੇਖ ਲਓ ਸਾਡਾ ਸੁਰਤ ਦਾ ਕੱਪੜਾ ਕਿੰਨਾ ਮੈਲਾ ਹੈ ਤੇ ਅਸੀਂ ਕਹਿੰਦੇ ਵਾਹਿਗੁਰੂ, ਇਤਨਾ ਨਹੀਂ ਵਾਹਿਗੁਰੂ 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 ਵਾਹਿਗੁਰੂ। ਬ੍ਰਿਸਬੇਨ ਕਥਾ ਕਰਦੇ ਹਾਂ, ਬਾਬਾ ਫਰੀਦ ਜੀ ਦਾ ਜਨਮ ਦਿਨ ਮਨਾਇਆ ਕਿਸੇ ਗੁਰਸਿੱਖ ਨੇ, ਕਿਸੇ ਗੁਰਸਿੱਖ ਨੇ ਦਿਨ ਰੱਖਿਆ, ਜਨਮ ਦਿਨ ਮਨਾਇਆ, ਲੰਗਰ ਕਰਾਇਆ, ਸ੍ਰੀ ਅਖੰਡ ਪਾਠ ਸਾਹਿਬ ਕਰਾਇਆ ਤੇ ਦੀਵਾਨ ਕਰਾਇਆ, ਅਖੰਡ ਕੀਤੀ ਨਹੀਂ ਜਥੇ ਕੋਲੋਂ, ਦਾਸ ਕੋਲੋਂ ਕਥਾ ਕਰਾਈ, ਆਖੋ ਵਾਹਿਗੁਰੂ। ਤੇ ਅਰਦਾਸ ਵਿੱਚ ਮੇਰੇ ਕੰਨ ਵਿੱਚ ਕਿਹਾ ਗਿਆ ਵੀ ਅੱਜ ਬਾਬਾ ਫਰੀਦ ਜੀ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ, ਖੁਸ਼ੀ ਹੋਈ, ਮੈਂ 2 ਵਾਰ ਵਧਾਈਆਂ ਦਿੱਤੀਆਂ, 2 ਵਾਰ ਰਿਪੀਟ ਕੀਤੀ, ਗੁਰਸਿੱਖਾ ਤੂੰ ਇਹ ਨਹੀਂ ਵੇਖਿਆ ਤੇ ਮੇਰਾ ਗੁਰੂ ਨਹੀਂ, ਮੇਰਾ ਗੁਰੂ ਤੇ ਗੁਰੂ ਨਾਨਕ ਹੈ। ਅਕਸਰ ਅਸੀਂ ਕਿਹਨਾਂ ਦਾ ਗੁਰੂ ਬਣਾਉਂਦੇ ਹਾਂ, ਗੁਰਪੁਰਬ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਇੱਕ ਮਿਸਾਲ ਪੇਸ਼ ਕੀਤੀ ਤੂੰ। ਉੱਥੇ ਇੱਕ ਵਚਨ ਕਢਾਇਆ ਗੁਰੂ ਰਾਮਦਾਸ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਥਾਲ ਪਰੋਸਿਆ, ਮੈਂ ਵਚਨ ਬੋਲਣ ਲੱਗਾ ਕਿ ਤੁਸੀਂ ਮੈਨੂੰ ਦੱਸਣਾ ਹੈ ਥਾਲ ਵਿੱਚ 3 ਕਿਹੜੇ ਥਾਲ ਚ ਭਲਾ, ਨਹੀਂ ਪੁੱਤਰਾ ਨਹੀਂ, ਬੱਬਲ ਨੇ ਵੀ ਐਂ ਕੀਤਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਪਰੋਸੇ ਹੋਏ ਥਾਲ ਨੇ, ਧਿਆਨ ਦਿਓ, ਹੁਣ ਤੇ ਪਤਾ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪੀ ਜਿਹੜਾ ਹੈ ਇਹ ਪਰੋਸਿਆ ਹੋਇਆ ਥਾਲ ਆ, ਇਹਦੇ ਵਿੱਚ 3 ਵਸਤੂ ਪਈਓ, ਕਿਹੜੀ ਕਿਹੜੀ, ਸਤ ਸੰਤੋਖ ਵਿਚਾਰੋ, 3 ਚੀਜ਼ਾਂ, ਇਹ 3 ਬੁਰਕੀਆਂ ਜਦੋਂ ਘੁੱਟ ਕੇ ਖਾਈਏ, ਇਹਨਾਂ ਨੂੰ ਚਿੱਥ ਕੇ ਖਾਈਏ, ਇਹਨਾਂ ਵਿੱਚੋਂ ਇੱਕ ਚੀਜ਼ ਨਿਕਲਦੀ, ਪ੍ਰੋਡਕਟ ਹੁੰਦੀ ਜਿਹੜੀ ਚੀਜ਼, ਇਹਦੇ ਵਿੱਚੋਂ 3 ਚੋਂ ਜਿਹੜੀ ਪੈਦਾ ਹੁੰਦੀ ਉਹਨੂੰ ਕਹਿੰਦੇ ਅੰਮ੍ਰਿਤ ਨਾਮ ਠਾਕੁਰ ਕਾ ਪਏ ਹੋ। ਜੇਕਰ ਤੁਸੀਂ ਸਾਗ ਖਾਓ, ਦਹੀਂ ਖਾਓ, ਪਨੀਰ ਖਾਓ,
ਰੋਟੀ ਖਾਓ ਤੇ ਉਹਦੇ ਵਿੱਚੋਂ ਜਾ ਕੇ ਕੀ ਬਣਦਾ? ਖੂਨ ਬਣਦਾ। ਬੋਲੋ ਜੀ, ਕੀ ਬਣਦਾ? ਅਕਸਰ ਰੋਟੀ ਵਿੱਚੋਂ ਕੀ ਪ੍ਰੋਡਕਟ ਹੁੰਦਾ? ਖੂਨ, ਖੂਨ ਪੈਦਾ ਹੁੰਦਾ। ਇਤਨਾ ਹੀ ਜੇ ਸਤ ਖਾਈਏ, ਸੰਤੋਖ ਖਾਈਏ, ਆਖੋ ਵਾਹਿਗੁਰੂ, ਤੇ ਵਿਚਾਰ ਖਾਈਏ, ਵਿਚਾਰ ਕਰੀਏ ਆਪਣੇ ਅੰਦਰ ਗੁਰਬਾਣੀ ਦੀ, ਤੇ ਵਿੱਚੋਂ ਕੀ ਨਿਕਲਦਾ? ਹੌਲੀ ਅੰਮ੍ਰਿਤ ਨਾਮ ਖਤਰਦਾ ਪਏ, ਅੰਮ੍ਰਿਤ ਨਾਮ ਨਿਕਲਦਾ ਵਿੱਚੋਂ, ਇਹਨਾਂ ਤਿੰਨਾਂ ਵਿੱਚੋਂ, ਸਤ ਵਿੱਚੋਂ, ਸੰਤੋਖ ਵਿੱਚੋਂ ਤੇ ਵਿਚਾਰ ਵਿੱਚੋਂ। ਹੁਣ ਉਹ ਜਿਹੜਾ ਥਾਲ ਪਰੋਸਿਆ ਸੀ, ਕੀ ਉਹ ਰੋਟੀ ਇਕੱਲੇ ਗੁਰੂ ਨਾਨਕ ਸਾਹਿਬ ਦੀ ਪਕਾਈ ਹੈ? ਸੁਣ ਰਹੇ ਹੋ ਧਿਆਨ ਨਾਲ? ਸ਼ਾਬਾਸ਼, ਇਸ ਤਰ੍ਹਾਂ ਸੁਣਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਬੈਠੇ ਹੋ। ਕੀ ਇਹਦੇ ਵਿੱਚ, ਇਸ ਥਾਲ ਦੇ ਵਿੱਚ ਰੋਟੀ ਇਕੱਲੇ ਕੇਵਲ ਗੁਰੂ ਨਾਨਕ ਦੇਵ ਸਾਹਿਬ ਦੀ ਪਕਾਈ ਹੈ? ਕਬੀਰ ਜੀ ਨੇ ਪਕਾਈ ਤੇ ਮੇਰੇ ਬਾਬੇ ਨਾਨਕ ਨੂੰ ਖੁਸ਼ਬੂ ਆ ਗਈ। ਪੱਕੀ ਰੋਟੀ ਦੀ ਉੱਚੀ ਬੋਲਿਆ ਕਰੋ, ਇੰਨੀ ਸਵਾਦ ਬਣਾਈ ਕਬੀਰ ਜੀ ਨੇ ਭਾਜ, ਵੇਖਿਆ ਜੇ ਸਵਾਦ ਭੋਜਨ ਬਣਿਆ ਹੋਵੇ ਤੇ ਕਮਰੇ ਕਮਰੇ ਵਿੱਚ ਉਹਦੀ ਖੁਸ਼ਬੂ ਆਉਂਦੀ ਤੇ ਆਨੇ ਆ ਥੱਲੇ ਕੀ ਬਣੇ। ਇਤਰਾ ਦੀ ਸੋਹਣੀ ਵਿਚਾਰਧਾਰਾ ਦੀ ਰੋਟੀ ਬਾਬੇ ਕਬੀਰ ਨੇ ਪਕਾਈ ਮੇਰੇ ਗੁਰੂ ਨਾਨਕ ਸਾਹਿਬ ਨੂੰ, ਬਸ ਖੁਸ਼ਬੂ ਆ ਗਈ ਤੇ ਮੇਰਾ ਗੁਰੂ ਨਾਨਕ ਸਾਹਿਬ ਉਹਦੇ ਕੋਲੋਂ ਰੋਟੀ ਲੈਣ ਚਲੇ ਗਿਆ। ਮੈਂ ਇੱਕ ਥਾਲ ਬਣਾਇਆ, ਮੇਰਾ ਜੀ ਕਰਦਾ ਤੇਰੇ ਵਾਲੀ ਰੋਟੀ ਵੀ ਉੱਥੇ ਪਰੋਸਾਂ। ਪਤਾ ਲੱਗੇ ਜੇ ਕੋਈ ਸਾੜੇ ਵਾਲੀ ਗੱਲ ਹੁੰਦੀ ਤਾਂ ਕਹਿੰਦਾ ਮੇਰੇ ਬਰਾਬਰ ਬਹਿ ਜੂ। ਰੋਟੀ ਪਕਾਈ ਕਿਸੇ ਨੇ ਮਹਾਰਾਸ਼ਟਰ ਵਿੱਚ, ਆਖੋ ਵਾਹਿਗੁਰੂ, ਕਿੱਥੇ? ਉੱਚੀ ਉੱਚੀ ਬੋਲਿਆ ਕਰੋ, ਹੋਰ ਆਨੰਦ ਆਓ। ਕਿੱਥੇ? ਤੇ ਮਹਾਰਾਸ਼ਟਰ ਵਿੱਚ ਰੋਟੀ ਪਕਾਉਣ ਵਾਲੇ ਦਾ ਨਾਮ ਸੀ ਨਾਮਦੇਵ ਜੀ। ਨਾਮਦੇਵ ਜੀ ਐਸੀ ਰੋਟੀ ਪਕਾਈ ਮਹਾਰਾਸ਼ਟਰ ਦੇ ਵਿੱਚੋਂ, ਖੁਸ਼ਬੂ ਆ ਗਈ ਮੇਰੇ ਗੁਰੂ ਨਾਨਕ ਸਾਹਿਬ ਨੂੰ। ਉਹਦੀ ਪੱਕੀ ਹੋਈ ਰੋਟੀ ਚੁੱਕ ਲਿਆ ਕੌਣ? ਸਾਹਿਬ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਪੱਕੀ ਹੋਈ ਰੋਟੀ ਚੁੱਕ ਲਿਆ ਹੈ ਤੇ ਆਖਿਆ ਨਾ ਨਾ, ਇਹ ਰੋਟੀ ਇੱਥੇ ਰੱਖਣ ਵਾਲੀ ਨਹੀਂ, ਇਹ ਰੋਟੀ ਮੈਂ ਇੱਕ ਥਾਲ ਬਣਾਇਆ ਉਹਦੇ ਵਿੱਚ ਪਰੋਸਣੀ ਆ ਤੇ ਰਹਿੰਦੀ ਦੁਨੀਆਂ ਤੱਕ ਲੋਕ ਇਹ ਖਾਣਗੇ। ਜੇ ਕੋ ਖਾਵੇ, ਜਿਹੜਾ ਜਿਹੜਾ ਖਾਊਗਾ, ਜਿਹੜਾ ਜਿਹੜਾ ਇਹਨੂੰ ਪਚਾਊਗਾ ਅੰਦਰ, ਜਿਸਕਾ ਹੋਏ ਉਹਦਾ ਆਧਾਰ ਹੋ। ਰੋਟੀ ਬਣੀ ਭਗਤ ਤਰਲੋਚਨ ਜੀ ਦੀ, ਆਖੋ ਵਾਹਿਗੁਰੂ, ਰੋਟੀ ਐਸੀ ਪੱਕੀ, ਐਸੀ ਪੱਕੀ। ਇੱਧਰ ਵੀ ਖੁਸ਼ਬੂ ਉਹੀ ਆਉਂਦੀ ਸੀ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਉਧਰ ਮਹਾਰਾਸ਼ਟਰ ਵਿੱਚੋਂ ਭਗਤ ਤਰਲੋਚਨ ਦੀ ਆਵਾਜ਼ ਉੱਠੀ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ। ਉੱਥੋਂ ਵੀ ਗੋਬਿੰਦ ਦੀ ਖੁਸ਼ਬੂ ਆਈ, ਬਾਬੇ ਕਬੀਰ ਨੇ ਪਕਾਈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਉੱਥੋਂ ਵੀ ਗੋਬਿੰਦ ਦੀ ਖੁਸ਼ਬੂ ਆਈ, ਨਹੀਂ ਪਤਾ ਲੱਗਾ ਗੋਬਿੰਦ ਕਿਹਦਾ ਵਾਚਕ ਹੈ। ਜੇ ਤੁਸੀਂ ਬੋਲੇ ਨਾ ਤੇ ਸਰੀਰ ਚੋਂ ਸੁਰਤ ਨੇ ਦੌੜ ਜਾਣਾ, ਮੇਰੀ ਉਹ ਮਜੀਓ ਭੋਗ ਪੈ ਜੂਗਾ, ਉਪਨਾਮਾ ਹੋ ਜੂਗਾ, ਜਿਸ ਤਰ੍ਹਾਂ ਦੇ ਆਏ ਉਸ ਤਰ੍ਹਾਂ ਦੇ ਮੇਰੇ ਵੀਰੋ ਚੱਲ ਜਾਓਗੇ। ਥੋੜ੍ਹਾ ਥੋੜ੍ਹਾ ਨਾਲ ਬੋਲਦੇ ਰਿਹਾ ਕਰੋ ਤਾਂ ਕਿ ਸਾਡੀ ਸੁਰਤ ਇਸੇ ਘਰ 'ਚ ਰਹੇ। ਆਖੋ ਵਾਹਿਗੁਰੂ, ਕੀ ਅਰਦਾਸ ਨੇ? ਖੁਸ਼ਬੂ ਆਈ ਕਾਹਦੀ? ਗੋਬਿੰਦ ਦੀ, ਕਿਉਂਕਿ ਗੋਬਿੰਦ ਜਿਹੜਾ ਸੀ ਇਹ ਮਨੁੱਖਾਂ ਦੇ ਇਹਦਾ ਡੈਸਟੀਨੇਸ਼ਨ ਜਿਹੜਾ ਹੈ, ਜਿੱਥੇ ਮਨੁੱਖਾਂ ਦੇ ਪਹੁੰਚਣਾ ਹੈ ਉਹਦਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਲੀਆ। ਇਹ ਗੋਬਿੰਦ ਨੂੰ ਮਿਲਣ ਆਈ ਆ। ਕਬੀਰ ਜੀ ਦੀ ਰੋਟੀ ਵਿੱਚੋਂ ਗੋਬਿੰਦ ਦੀ ਖੁਸ਼ਬੂ ਆਈ, ਨਾਮਦੇਵ ਜੀ ਦੀ ਰੋਟੀ ਵਿੱਚੋਂ ਬੋਲੋ ਨਾਮਦੇਵ ਨੇ ਤਾਂ ਬਾਹਾਂ ਖੜੀਆਂ ਕਰਕੇ ਗਾ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਉਹਦੀ ਰੋਟੀ ਵਿੱਚੋਂ ਖੁਸ਼ਬੂ ਗੋਬਿੰਦ ਦੀ ਆਈ, ਭਗਤ ਤਰਲੋਚਨ ਜੀ ਦੀ ਰੋਟੀ ਵਿੱਚੋਂ ਗੋਬਿੰਦ ਦੀ ਖੁਸ਼ਬੂ ਆਈ। ਸਾਰੀਆਂ ਰੋਟੀਆਂ ਇਕੱਠੀਆਂ ਕਰ ਲਈਆਂ ਤੇ ਥਾਲ ਵਿੱਚ ਪਰੋ ਕੇ ਰੱਖ ਦਿੱਤੀਆਂ, ਪਰੋਸ ਕੇ ਰੱਖ ਦਿੱਤੀਆਂ। ਰਹਿੰਦੀ ਦੁਨੀਆਂ ਤੱਕ ਜਿਹਨੂੰ ਭੁੱਖ ਲੱਗੂਗੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਿਹਨੂੰ ਭੁੱਖ ਲੱਗੂਗੀ ਇੱਥੋਂ ਖਾਊਗਾ ਵਾਹਿਗੁਰੂ 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 ਵਾਹਿਗੁਰੂ
ਮਾਸ ਪਾਸ ਕਹਿ ਰੱਖੇ ਨਹੀਂ ਪਤਾ ਲੱਗਾ ਹੁਣ
ਈਦ ਦੇ ਦਿਨਾਂ ਵਿੱਚ ਨਾ ਅੱਖ ਵਾਹਿਗੁਰੂ ਜਦੋਂ ਈਦ ਦੇ ਦਿਨ ਹੁੰਦੇ ਆ ਤੇ ਮੁਸਲਮਾਨ ਰੋਜ਼ੇ ਰੱਖਦੇ ਕਿੰਨਾ ਚਿਰ ਤੀਹ ਦਿਨ ਦੀ ਗੱਲ ਲਿਖੀ ਉੱਥੇ ਤੀਹ ਦਿਨ ਅੱਖ ਵਾਹਿਗੁਰੂ ਬਾਬਾ ਕਬੀਰ ਇੱਕ ਐਸਾ ਕ੍ਰਾਂਤੀਕਾਰੀ ਯੋਧਾ ਹੈ ਕ੍ਰਾਂਤੀਕਾਰੀ ਆਵਾਜ਼ ਵਾਲਾ ਭਗਤ ਹੈ ਕਹਿੰਦਾ ਮੁੱਲਾ ਸਾਹਿਬ ਮੈਨੂੰ ਇੱਕ ਗੱਲ ਦੱਸੋ ਇੱਕ ਮਹੀਨੇ 'ਚ ਤੇ ਤੁਸੀਂ ਰੱਬ ਦਾ ਖਜ਼ਾਨਾ ਲੱਭ ਰਿਹਾ ਵੀ ਰੋਟੀ ਨਹੀਂ ਖਾਣੀ ਤੇ ਰੱਬ ਦਾ ਖਜ਼ਾਨਾ ਮਿਲ ਗਿਆ ਪਕੜ ਰਹੇ ਹੋ ਗਿਆਰਾਂ ਮਾਸ ਪਾਸ ਕਹਿ ਰੱਖੇ ਗਿਆਰਾਂ ਮਹੀਨਿਆਂ 'ਚ ਕੀ ਸੀ ਤੇਰੇ ਕੋਲ ਫਿਰ ਏਕੇ ਮਾਏ ਨਿਧਾਨਾ ਏਕੇ ਮਾਏ ਨਹੀਂ ਪਤਾ ਲੱਗਾ ਜਦੋਂ ਤੁਸੀਂ ਹੌਲੀ ਬੋਲਦੇ ਹੋ ਨਾ ਪਤਾ ਲੱਗ ਗਿਆ ਜੀ ਇੱਕ ਮਹੀਨੇ 'ਚ ਤੈਨੂੰ ਸਭ ਕੁਝ ਮਿਲ ਪਿਆ ਵੀ ਮੈਂ ਰੋਟੀ ਨਹੀਂ ਖਾਣੀ ਅੱਜ ਜੀ ਮੇਰਾ ਰੋਜ਼ਾ ਹੈ ਇਹ ਮਹੀਨਾ ਮੇਰੇ ਰੋਜ਼ੇ ਨੇ ਮੈਂ ਨਹੀਂ ਕਹਿ ਰਿਹਾ ਕਿਸੇ ਮੁਸਲਮਾਨ ਨੂੰ ਚੋਟ ਲੱਗੇ 25-30 ਹਜ਼ਾਰ ਪੁਰਾਣੀ ਫੇਸਬੁੱਕ 'ਤੇ ਸੁਣ ਰਿਹਾ ਮੇਰਾ ਇਹ ਕਹਿਣ ਦਾ ਮਕਸਦ ਆ ਕਬੀਰ ਬਾਬਾ ਕਹਿ ਰਿਹਾ ਅੱਖ ਵਾਹਿਗੁਰੂ ਵੀ ਦੁਨੀਆਂ ਦੇ ਲੋਕੋ ਇੱਕ ਮਹੀਨੇ ਵਿੱਚ ਤੁਹਾਡੀ ਝੋਲੀ 'ਚ ਕੀ ਪੈ ਗਿਆ ਜਿਹੜਾ ਤੁਸੀਂ ਰੋਟੀ ਨਹੀਂ ਖਾਧੀ ਗਿਆਰਾਂ ਮਹੀਨੇ 'ਤੇ ਜੋ ਗਊ ਜੋ ਮੁਰਗਾ ਜੋ ਦੁਨੀਆਂ ਦੀ ਚੀਜ਼ ਖਾ ਕੇ ਅੰਦਰ ਸੁੱਟੀ ਫਿਰਦੇ ਹੋ ਗਿਆਰਾਂ ਮਾਸ ਪਾਸ ਕਹਿ ਰੱਖੇ ਏਕੇ ਮਾਹੇ ਨਦਾਨਾ ਬ੍ਰਾਹਮਣ ਗਿਆਸ ਕਰੇ 24 ਸਾਂ ਬ੍ਰਾਹਮਣ 24 ਦੇ ਵਰਤ ਰੱਖਦਾ ਹੈ 24 ਉਹ ਵਰਤ ਰੱਖ ਕੇ ਕਹਿੰਦਾ ਰੋਟੀ ਨਹੀਂ ਖਾਣੀ ਅੱਖ ਵਾਹਿਗੁਰੂ ਤੁਸੀਂ ਇੱਕ ਮਹੀਨਾ ਕਹਿੰਦੇ ਹੋ ਰੋਜ਼ਾ ਰੱਖਣਾ ਹੈ ਕਾ ਉਡੀਸੇ ਮੱਜਨ ਕੀਏ ਕਾ ਮਸੀਤ ਸਿਰ ਨਾਏ ਦਿਲ ਮੈਂ ਕਵਟ ਨਵਾਜ ਗੁਜਾਰੇ ਕਿਆ ਹੱਜ ਕਾ ਬੇਜਾਏ ਕਿੰਨੇ ਸੋਹਣੇ ਬਚਨ ਸੀ ਧੰਨ ਨੇ ਉਹ ਰਾਗੀ ਸਾਹਿਬਾਨ ਵੀ ਜਿਹੜੇ ਕੱਢ ਕੱਢ ਕੇ ਮੋਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਰੋਸ ਕੇ ਸੰਗਤਾਂ ਅੱਗੇ ਰੱਖਦੇ ਅੱਖ ਵਾਹਿਗੁਰੂ ਉੱਚੀ ਬੋਲਿਆ ਕਰੋ ਵਾਹਿਗੁਰੂ ਕੀ ਕਿਹਾ ਮੈਂ ਕੱਢ ਕੱਢ ਕੇ ਮੋਤੀ ਗੁਰੂ ਗ੍ਰੰਥ ਸਾਹਿਬ ਸਰੋਵਰ ਨੇ ਨਾ ਕਾਹਦੇ ਭਰੇ ਗੁਰਸਾਗਰ ਰਤਨੀ ਭਰਪੂਰੇ ਸਰਵਰ ਅੰਦਰ ਹੀਰਾ ਮੋਤੀ ਸੋਹਨ ਸਾਦਾ ਖਾਣਾ ਆ ਜਿੰਨੀਆਂ ਰੂਹਾਂ ਬੈਠੀਆਂ ਹੰਸ ਨੇ ਕੀ ਨੇ ਹੰਸ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਵਚਨ ਮੋਤੀ ਹੈ ਧੰਨ ਨੇ ਉਹ ਲੋਕੀ ਜਿਹੜੇ ਇਹਦੇ ਵਿੱਚੋਂ ਹੀਰੇ ਕੱਢਦੇ ਰਾਗੀ ਸਾਹਿਬਾਨ ਨਵੇਂ ਨਵੇਂ ਸ਼ਬਦ ਤੇ ਪਰੋਸ ਕੇ ਲਿਆ ਕੇ ਸੰਗਤ ਹੀ ਇਹਨਾਂ ਹੰਸਾਂ ਦੇ ਅੱਗੇ ਰੱਖਦੇ ਤੇ ਮੁਕਤਾ ਅਮੋਲ ਖਾਏ ਖਾਏ ਵਿੱਚ ਸਾਥ ਹੈ ਇਹ ਵਿੱਚੋਂ ਮੋਤੀ ਚੁੱਕ ਚੁੱਕ ਕੇ ਗੁਰਸਿੱਖ ਐ ਪਤਾ ਲੱਗ ਰਿਹਾ ਖਿੜਦੇ ਨੇ ਗੁਰੂ ਕੇ ਸਿੱਖ ਜਦੋਂ ਗੁਰੂ ਦੇ ਸ਼ਬਦ ਦੇ ਮੋਤੀ ਚੁੱਕਦੇ ਨੇ ਅੱਖ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਇਹਦਾ ਕਹਾਂ ਉਡੀਸੇ ਮੱਜਨ ਕੀਏ ਉਡੀਸਾ ਕਹਿੰਦੇ ਉੜੀਸਾ ਨੂੰ ਕਿਹਨੂੰ ਪੰਜਾਬ ਚੋਂ ਹੀ ਆਇਓ ਇੰਡੀਆ ਚੋਂ ਆਇਓ ਇੱਕ ਜਗ੍ਹਾ ਨਾ ਸਟੇਟ ਦੱਖਣ ਵਿੱਚ ਉੜੀਸਾ ਕਹਿੰਦੇ ਉੱਥੇ ਜਾ ਕੇ ਇਸ਼ਨਾਨ ਕਰਨ ਨਾਲ ਜਗਨਨਾਥਪੁਰੀ ਕੀ ਹੋ ਗਿਆ ਕਹਾਂ ਉਡੀਸੇ ਮੱਜਨ ਕੀਏ ਕਹਾਂ ਮਸੀਤ ਸਿਰ ਨਾਲ ਕਿਤੇ ਮਸੀਤ ਵਿੱਚ ਸਿਰ ਨਵਾਉਣ ਨਾਲ ਪਤਾ ਕਾਰਨ ਕੀ ਦੱਸਿਆ ਵੀ ਗੱਲ ਕੀ ਹੈ ਅੱਖ ਵਾਹਿਗੁਰੂ ਕਹਿੰਦੇ ਦਿਲ ਮੈਂ ਕਪਟ ਨਵਾਜ ਗੁਜ਼ਾਰੇ ਇੱਕ ਵਾਰ ਬੋਲੋ ਗੁਜ਼ਾਰੇ ਆਪਣੇ ਆਪ ਨੂੰ ਕਹੋ ਬਾਣੀ ਪ੍ਰਭ ਕੀ ਮੈਂ ਵੀ ਕਹਿੰਦਾ ਤੁਸੀਂ ਵੀ ਕਹੋ ਵੀ ਦਿਲ ਵਿੱਚ ਤੇ ਤੂੰ ਕਪਟ ਰੱਖਿਆ ਹੈ ਭਾਵੇਂ ਤੂੰ ਉੜੀਸਾ ਵਿੱਚ ਜਾ ਕੇ ਇਸ਼ਨਾਨ ਕਰ ਤੇ ਭਾਵੇਂ ਮਸਜਿਦ ਵਿੱਚ ਜਾ ਕੇ ਸਿਰ ਨਵਾਂ ਅੱਖ ਵਾਹਿਗੁਰੂ ਦਿਲ ਮੈਂ ਕਪਟ ਨਵਾਜ ਗੁਜ਼ਾਰੇ ਕਿਆ ਹੱਜ ਕਾਬੇ ਜਾਏ ਤੇ ਅੱਗੇ ਜਾ ਕੇ ਤੇ ਏਡੀ ਜ਼ਿਆਦਾ ਚੋਟ ਮਾਰੀ ਤੂੰ ਨਪਾਕ ਤੂੰ ਨਪਾਕ ਇਹ ਮਰਦ ਕਹਿ ਸਕਦਾ ਕਬੀਰ ਤੁਸੀਂ ਤੇ ਮੈਂ ਕਹਿ ਦਈਏ ਸਵੇਰੇ ਮਗਰ ਲੱਗ ਜਾਓਗੇ ਬੰਦੂਕਾਂ ਚੁੱਕ ਕੇ ਤੂੰ ਨਪਾਕ ਪਾਕ ਨਹੀਂ ਸੁਝਿਆ ਤਿਨਕਾ ਮਰਮ ਨਾ ਜਾਣਿਆ ਉਸ ਮਾਲਕ ਦੇ ਤੇ ਭੇਦ ਨੂੰ ਤੂੰ ਜਾਣਿਆ ਹੀ ਨਹੀਂ ਕਹਿਤ ਕਬੀਰ ਪਿਸਤ ਤੇ ਚੁਕਾ ਦੋ ਜਕ ਸਿਓ ਮਨ ਮਾਨਿਆ ਦੋ ਜਕ ਸਿਓ ਮਨ ਮਾਨਿਆ ਪਿਸਤ ਤੋਂ ਚੁੱਕ ਗਿਓ ਉਹਦੇ ਚਰਨਾਂ 'ਚ ਜਾਣ ਤੋਂ ਚੁੱਕ ਗਿਓ ਨਰਕਾਂ 'ਚ ਜਾਣ ਦੀ ਤਿਆਰੀ ਕਰ ਲਈ ਇਹ ਤੂੰ ਕਰਮ ਕਰਕੇ ਅੱਖ ਵਾਹਿਗੁਰੂ ਵਾਹਿਗੁਰੂ ਇੱਕ ਥਾਂ ਲਿਖਦੇ ਕਬੀਰ ਜਾ ਕੀ ਦਿਲ ਸਾਬਤ ਨਹੀਂ ਬੋਲੋ ਭਲਾ ਸਾਬਤ ਨਹੀਂ ਦਿਲ ਦੇ ਵਿੱਚੋਂ ਟੋਟੇ ਟੋਟੇ ਹੋਏ ਕਦੀ ਬੇਈਮਾਨੀ ਆ ਜਾਂਦੀ
ਕਦੀ ਇਮਾਨਦਾਰੀ ਆ ਜਾਂਦੀ, ਹੋ ਜਾਂਦਾ ਕਿ ਨਹੀਂ ਇਤਨਾ ਬੋਲੋ ਨਾ, ਕਦੀ ਬੇਈਮਾਨੀ ਤੇ ਕਦੀ ਇਮਾਨਦਾਰੀ ਆ ਜਾਂਦੀ। ਕਬੀਰ ਜਾਗੀ ਦਿਲ ਸਾਬਤ ਨਹੀਂ, ਬੋਲੋ ਭਲਾ ਤਾਂ ਕੋ ਕਹਾਂ ਖੁਦਾ ਏ, ਨਹੀਂ ਅਰਥ ਦਾ ਬਦਲ ਅਗਰ ਉਹਨੂੰ ਕਿੱਥੋਂ ਖੁਦਾ ਮਿਲਣਾ ਹੈ ਜਿਸ ਬੰਦੇ ਦਾ ਦਿਲ ਹੀ ਸਾਫ ਨਹੀਂ। ਦਿਲ ਰੰਦਾ ਇਸ ਦੁਨੀ ਸੇ ਹੋ, ਬੋਲੋ ਹੌਲੀ ਬੋਲਦੇ ਹੋ, ਪਤਾ ਨਹੀਂ ਜਲਦੀ ਗੱਲ। ਕੱਲ ਤੋਂ ਕੌਫੀ ਪੀ ਕੇ ਆਇਓ, ਆਖੋ ਹੇ ਦਿਲ ਰੱਤਾ ਇਸ ਦੁਨੀ ਸੇ ਹੋ, ਰੱਬ ਨਾਲ ਤੇ ਰੰਗਿਆ ਹੀ ਨਹੀਂ, ਕੀ ਦਿਲ ਕਿੱਥੇ ਲੱਗਾ ਹੈ, ਦੁਨੀਆਂ ਨਾਲ ਲੱਗਾ ਨਾ। ਆਖੋ ਵਾਹਿਗੁਰੂ ਵਾਹਿਗੁਰੂ, ਬੋਲੋ ਵਾਹਿਗੁਰੂ। ਗੁਰਦੁਆਰੇ ਆਉਣਾ ਹੁੰਦਾ ਜਿਸ ਤਰ੍ਹਾਂ ਦੇ ਕੱਪੜੇ ਪਾਏ ਆ, ਮੈਂ ਤੇ ਵੇਖਿਆ ਕਈ ਗੁਰਦੁਆਰਿਆਂ ਦੇ ਵਿੱਚ, ਚੰਡੀਗੜ੍ਹ 34 ਸੈਂਟਰ ਵਿੱਚ ਵੇਖਣਾ, ਬੀਬੀ ਰਾਣੀਆਂ ਜਿਹੜੇ ਘਰੋਂ ਤੁਰਦੀਆਂ ਨੇ ਚੁੰਨੀ ਸਿਰ ਤੇ ਨਹੀਂ ਲੈ ਕੇ ਆਉਂਦੀਆਂ। ਇੱਥੇ ਤੇ ਮੈਨੂੰ ਨਹੀਂ ਪਤਾ ਇਸ ਤਰ੍ਹਾਂ ਹੁੰਦਾ ਕਿ ਨਹੀਂ। 34 ਸੈਂਟਰ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ ਬੜਾ ਵੱਡਾ ਗੁਰਦੁਆਰਾ ਹੈ, 10 ਮਹੀਨਾ ਮਹੀਨਾ ਉੱਥੇ ਕਥਾ ਕਰਦਾ। ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਨੇ ਇੱਕ ਟੋਕਰੀ ਰੱਖੀ ਵਾ 34 ਸੈਂਟਰ ਵਾਲਿਆਂ, ਉਹਦੇ ਚੁੰਨੀਆਂ ਰੱਖੀਆਂ ਨੇ, ਉੱਥੋਂ ਆਉਂਦੀਆਂ ਨੇ ਚੁੰਨੀ ਚੁੱਕੀ, ਮਹਾਰਾਜ ਦਾ ਮੱਥਾ ਟੇਕਿਆ, ਜਾਣ ਦੀਆਂ ਚੁੰਨੀ ਉੱਥੇ ਸੁੱਟਣੀਆਂ। ਦੁਨੀਆਂ ਪਿਆਰੀ ਲੱਗਦੀ ਵੀ ਦੁਨੀਆਂ ਕੀ ਆਖੂ, ਹਾਜ਼ਰ ਹੋ, ਦੁਨੀਆਂ ਪਿਆਰੀ ਲੱਗਦੀ ਵੀ ਦੁਨੀਆਂ ਕੀ ਆਖੂ। ਦਿਲ ਰੱਤਾ ਇਸ ਦੁਨੀ ਸਿਉ, ਤੇ ਦੁਨੀ ਨਾ ਕਿਸੇ, ਇਤਰਾ ਹੀ ਨਹੀਂ ਬਣੀ ਹੁੰਦੀ, ਦੁਨੀ ਨਾ ਕਿਸੇ ਜਿਹਦੇ ਨਾਲ ਤੂੰ ਰੱਖਿਆ ਪਿਆ ਹੈ ਤੇ ਤੇਰੇ ਕਿਸੇ ਕੰਮ ਨਹੀਂ ਆਉਣੀ। ਮੇਰ ਮਿਸਲ ਫਕੀਰਾਂ ਗਾਖੜੀ, ਮਿਸਲ ਫਕੀਰਾਂ ਗਾਖੜੀ। ਆਪਾਂ ਕਹਿੰਦੇ ਨੀ ਇੰਨੀਆਂ ਮਿਸਲਾਂ ਇਕੱਠੀਆਂ ਹੋ ਗਈਆਂ ਤੇ ਰਾਜ ਹੋ ਗਿਆ, ਮਿਸਲਾਂ ਜਥੇਬੰਦੀਆਂ, ਜਿਹੜੀ ਫਕੀਰਾਂ ਦੀ ਜਥੇਬੰਦੀ ਹੈ, ਜਥੇਬੰਦੀ ਮਿਸਲ ਹੈ ਜਿਹੜੀ ਕਿਹਨਾਂ ਦੀ, ਉਹ ਚਾਤਰੀਆਂ ਨਾਲ ਨਹੀਂ ਮਿਲਦੀ। ਪਾਈਏ ਪੂਰ ਕਰਮ, ਬੋਲੋ ਪਾਈਏ ਪੂਰ ਕਰਮ। ਅਰਥ ਕੀ ਬਣਿਆ ਜੀ, ਨਾ ਪੂਰੇ ਹੀ ਕਰਮ ਹੋਣ, ਇਨਸਾਨ ਦੀ ਤਕਦੀਰ ਜਾਗੀ ਹੋਵੇ ਤੇ ਤਾਂ ਉਹਦਾ ਨਾਂ ਲਿਖਦੇ ਨੇ ਸਤ ਸੰਗੀ। ਕੀ ਜੀ, ਸਤ ਸੰਗੀ। ਪੈਸੇ ਵਾਲਾ ਤੇ ਬਹੁਤ ਲੋਕ ਨੇ ਇੱਥੇ, ਜਿੰਨੂ ਹਜ਼ਾਰ ਦੇ ਵਿੱਚ ਵੀ ਬਹੁਤ ਬੈਠਿਆ। ਮੈਨੂੰ ਤਾਂ ਦੱਸਦਾ ਸੀ ਇਹ ਸਰਦਾਰ ਦੇ 51 ਘਰ ਨੇ ਜਿਹੜੇ ਲੈ ਕੇ ਬਲੌਕ ਕੀਤੇ ਨੇ, ਕੋਈ ਮੈਨੂੰ ਦੱਸ ਰਿਹਾ ਸੀ। ਅਖਬੇਰ ਕਿੰਨੇ ਵਗੈਰੇ ਜੀ, ਕੀ ਗੱਲ, ਤੁਹਾਡੇ ਚੋਂ ਕੋਈ ਬੈਠਾ ਹੈ ਜਿਹੜੇ ਚੁੱਪੇ ਹੋ ਗਏ, ਬੋਲੋ। 51 ਘਰ, 51 ਘਰ ਲੈ ਕੇ ਬਲੌਕ ਕੀਤੇ ਨਵੇਂ, ਤੇ ਇੰਨੇ ਜਿਹੜੇ ਪੁਰਾਣੇ ਘਰ ਲੈ ਕੇ ਰੱਖੇ ਨੇ ਉਹਨਾਂ ਦਾ ਪਤਾ ਕੋਈ ਨਹੀਂ। ਆਖਰ ਬੰਦਿਆਂ ਤੋਂ ਮਰ ਜਾਣਾ ਹੈ, ਪਤਾ ਲੱਗ ਰਿਹਾ ਮੈਂ ਕੀ ਕਿਹਾ, ਆਖਰ ਬੰਦਿਆਂ ਤੋਂ ਕੋਠੇ ਮੰਡਪ ਮਾੜੀਆਂ। ਇੱਕ ਵਾਰ ਉੱਚੀ ਬੋਲੋ ਬਾਬੇ ਕਬੀਰ ਜੀ ਦਾ ਵਿਦਨਾ, ਕੋਠੇ ਕਾਹੇ ਮਰੋ ਸਵਾਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ, ਬੋਲੋ ਕਾਰਜ ਸਾਡੇ ਤੀਨ ਹੱਥ। ਅੰਤਲੇ ਸਮੇਂ ਕਿੰਨੀ ਧਰਤੀ ਮਿਲਣੀ ਹੈ, ਨਿਗਮ ਬੋਧ ਘੁੱਟ ਦੇ ਸਾਡੇ ਤਿੰਨ ਹੱਥ, ਨਿਗਮ ਬੋਧ ਘੱਟ ਤੇ ਜਮਨਾ ਦੇ ਕੰਢੇ ਤੇ ਕਿੰਨੇ ਮਿਲਣੇ ਨੇ, ਸਾਡੇ ਤਿੰਨ ਹੱਥ, ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ, ਘਣੀ ਤਾਂ ਰੱਖੋ ਕੰਧੋ ਸਾਰੋ ਨੀਵਾ, ਸਾਢੇ ਤੀਨ ਹੱਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਬੰਦਾ ਕਿੱਡਾ ਭੁੱਲਿਆ ਹੈ, ਜੇ ਤੂੰ ਕਿਤੇ ਬਲੌਗ ਨਾ ਕਰਦਾ ਤੇ ਹੋ ਸਕਦਾ ਕੋਈ ਗਰੀਬ ਵੀ ਖਰੀਦ ਲੈਂਦਾ। ਆਖੋ ਵਾਹਿਗੁਰੂ, ਤੂੰ ਆਪਣਾ ਪੈਸਾ ਵਾਇਟ ਕੀਤਾ ਹੈ, ਆਖੋ ਵਾਹਿਗੁਰੂ, ਤੇ ਕੋਈ ਗਰੀਬ ਵਿਚਾਰਾ ਸੜਕ ਤੇ ਸੌਣ ਨੂੰ ਮਜਬੂਰ। ਬੰਦਿਆ ਇਹ ਭੁੱਲਾ ਨਾ ਕਰ, ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕੰਮ। ਤੇ ਬਾਬਾ ਕਬੀਰ ਜੀ ਦਾ ਜਨਮ ਦਿਨ ਹੈ, ਬਾਬਾ ਕਬੀਰ ਜੀ ਦੀ ਅੰਮ੍ਰਿਤ ਬਾਣੀ ਜਿਉਂ ਜਿਉਂ ਪੜ੍ਹੀ ਜਾਓ, ਜਿਉਂ ਜਿਉਂ ਪੜ੍ਹੀ ਜਾਓ, ਜਿਉਂ ਜਿਉਂ ਪੜ੍ਹੀ ਜਾਓ। ਇਹਦੇ ਵਿੱਚੋਂ ਮੈਂ ਕਈ ਵਾਰ ਬੇਨਤੀ ਕੀਤੀ, ਧਿਆਨ ਦਿਓ ਜੀ, ਆਖੋ ਵਾਹਿਗੁਰੂ। ਲੁਧਿਆਣੇ ਸ਼ਹਿਰ 'ਚ ਬਹੁਤ ਕਥਾ ਹੁੰਦੀ, ਚੰਡੀਗੜ੍ਹ 'ਚ ਬਹੁਤ ਕਥਾ, ਜਿੱਥੇ ਜਿੱਥੇ ਵੀ ਹੁੰਦੀਆਂ। ਮੈਂ ਕਦੀ ਪੁੱਛਿਆ, ਮੈਂ ਕਿਹਾ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਕਬੀਰ ਜੀ ਦਾ ਮੰਦਰ ਹੈ, ਤੁਹਾਡੇ ਦਿੱਲੀ 'ਚ ਹੈ, ਬੋਲੋ। ਸੁਣਿਆ ਜੀ ਕਦੀ, ਆਖੋ ਵਾਹਿਗੁਰੂ। ਕਿਉਂ, ਕੋਈ ਨਾਮਦੇਵ ਜੀ ਦਾ ਮੰਦਰ ਸੁਣਿਆ ਜੀ ਕਦੀ, ਕਿਉਂ ਨਹੀਂ ਸੁਣਿਆ, ਚਲੋ ਦੱਸੋ ਥੋੜ੍ਹੇ ਜਿਹੇ ਤੁਸੀਂ। ਨਹੀਂ ਉਹ ਮਹਾਰਾਸ਼ਟਰ 'ਚ, ਮੈਂ ਇੱਥੇ ਕਹਿ ਲਿਆ,
ਦਿੱਲੀ ਵਿੱਚ, ਜਲੰਧਰ ਵਿੱਚ, ਚੰਡੀਗੜ੍ਹ ਵਿੱਚ, ਹੋਰਨਾਂ ਸ਼ਹਿਰਾਂ ਵਿੱਚ ਕਿਤੇ ਹੈ? ਕਿਉਂ ਨਹੀਂ? ਬਾਬੇ ਨਾਨਕ ਦੇ ਪੁੱਤਰੋ, ਸੱਚ ਬੋਲਣ ਵਾਲਿਆਂ ਦੇ ਹਰਿਦੁਆਰ ਗਿਆਨ ਗੋਦੜੀ ਗੁਰਦੁਆਰਾ ਵੀ ਹਟਾ ਦਿੱਤਾ ਜਾਂਦਾ ਹੈ ਕਿ ਉਹ ਸੱਚ ਤੋਂ ਲੋਕ ਡਰਦੇ ਆ। ਕਬੀਰ ਜੀ ਦੋ ਵੀ ਲੋਕ ਬੋਲੋ ਨਾ, ਰਵਿਦਾਸ ਕੋਲੋਂ ਲੋਕ, ਨਾਮਦੇਵ ਕੋਲੋਂ ਲੋਕ। ਉੱਥੇ ਇੱਕ ਬੰਦਾ ਕਹਿੰਦਾ ਆ ਮੈਨੂੰ ਢਿੱਲੇ ਦੇ ਕੋਲ ਆਖੋ ਵਾਹਿਗੁਰੂ। ਪੱਥਰ ਦੇ ਪਿੱਪਲ ਦੇ ਥੱਲੇ ਬੈਠਾ ਸੀ ਦੀਵਾ ਜਗਾ ਕੇ, ਦਿੱਲੀ ਵਿੱਚ। ਕਾਹਦੇ ਥੱਲੇ? ਪਿੱਪਲ ਦੇ ਥੱਲੇ। ਮੈਂ ਕਿਹਾ ਇੱਥੇ ਇੱਥੇ ਦੀਵਾ ਜਗਾਇਆ? ਕਹਿੰਦਾ ਜੀ ਇਹਦੀ ਪੂਜਾ ਕਰਦੇ ਅਸੀਂ। ਕਿਹਦੀ? ਨਾਲ ਨਾਲ ਬੋਲੋ, ਸੁਸਤੀ ਨਹੀਂ ਪਊਗੀ, ਬੋਲੋ। ਮੈਂ ਕਿਹਾ ਕਿਉਂ ਕਰਦੇ ਹੋ? ਕਹਿੰਦੇ ਜੀ ਆਕਸੀਜਨ ਦਿੰਦਾ। ਕੀ? ਕੌਣ? ਮੈਂ ਕਿਹਾ ਕਿੰਨਾ ਚਿਰ ਦਿੰਦਾ? ਕਹਿੰਦਾ 12 ਘੰਟੇ। ਮੈਂ ਕਿਹਾ ਮੈਂ ਤੁਹਾਨੂੰ ਦਰਖਤ ਦੱਸਦਾ ਜਿਹੜਾ 24 ਘੰਟੇ ਦਿੰਦਾ ਹੈ। ਉੱਥੇ ਤਾਂ ਕਦੀ ਦੀਵਾ ਨਹੀਂ ਜੇ ਜਗਾਇਆ। ਕਹਿੰਦਾ ਉਹ ਕਿਹੜਾ ਦਰਖਤ ਹੈ ਇਹਦੇ ਤੋਂ ਤੇ ਜ਼ਿਆਦਾ ਆਕਸੀਜਨ ਦਿੰਦਾ ਹੀ ਕੋਈ ਨਹੀਂ। ਮੈਂ ਕਿਹਾ ਨਿੰਮ। ਕੀ ਜੀ? ਸੁਣਿਆ ਜੇ ਨਿੰਮ? ਨਿੰਮ 24 ਘੰਟੇ ਆਕਸੀਜਨ ਛੱਡਦੀ। ਨਿੰਮ ਦੀ ਦਵਾਈ ਬਣਦੀ, ਨਿੰਮ ਦੀ ਲੱਕੜੀ ਕੰਮ ਆਉਂਦੀ। ਪਿੱਪਲ ਦੀ ਨਾ ਲੱਕੜੀ ਕੰਮ ਆਵੇ, ਨਾ ਕੋਈ ਪਿੱਪਲ ਦੀ ਦਵਾਈ ਬਣੇ। ਪਿੱਪਲ ਨੂੰ ਪੂਜਣ ਲੱਗ ਪਏ ਹੋ ਤੇ ਨਿੰਮ ਤੋਂ ਦੂਰ ਪੁੱਜਦੇ ਹੋ। ਕਿਉਂ? ਕਿਉਂਕਿ ਨਿੰਮ ਕੌੜੀ ਆ, ਕਬੀਰ ਕੌੜਾ ਹੈ, ਕਬੀਰ ਜੀ ਦਾ ਸੱਚ ਕੌੜਾ ਲੱਗਦਾ ਹੈ, ਇਸ ਕਰਕੇ ਕਬੀਰ ਦਾ ਮੰਦਰ ਹੀ ਕੋਈ ਨਹੀਂ। ਇੱਕ ਗੱਲ ਇਹ ਵੀ ਨੋਟ ਕਰਿਓ, ਅੱਜ ਉਹਨਾਂ ਦਾ ਪੁਰਬ ਹੈ ਤੇ ਮੈਂ ਆਪ ਜੀ ਨੂੰ ਯਾਦ ਕਰਦਾ, ਭਾਵੇਂ ਥੋੜੇ ਬੈਠੇ ਹੋ, ਬਹੁਤੇ ਬੈਠੇ ਹੋ। ਜੇ ਬਾਬੇ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਂ ਦਰਜ ਹੁੰਦੀ ਨਹੀਂ, ਅੱਜ ਇਹਨਾਂ ਕਬੀਰ ਜੀ ਦਾ ਇਹਨਾਂ ਨਾਮੋ ਨਿਸ਼ਾਨ ਮਿਟਾ ਦਿੱਤਾ ਹੁੰਦਾ। ਕਬੀਰ ਅਮਰ ਹੋ ਗਿਆ ਗੁਰੂ ਗ੍ਰੰਥ ਸਾਹਿਬ 'ਚ ਬਹਿ ਕੇ। ਜੇ ਕੋਈ ਇੱਕ ਨਦੀ ਅੱਖ ਵਾਹਿਗੁਰੂ, ਜਾਣੀ ਕਿ ਬੋਲੋ ਵਾਹਿਗੁਰੂ। ਇੱਕ ਨਦੀ ਰਸਤੇ ਵਿੱਚ ਸੁੱਕ ਸਕਦੀ, ਮਗਰ ਜੇ ਉਹ ਸਮੁੰਦਰ ਵਿੱਚ ਪੈ ਜੇ ਅਮਰ ਹੋ ਜਾਂਦੀ। ਇਤਨਾ ਹੀ ਬਾਬੇ ਕਬੀਰ ਜੀ ਦੀ ਅੰਮ੍ਰਿਤ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ ਤੇ ਅਮਰ ਹੋ ਗਈ। ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈ ਕੇ ਅਮਰ ਹੋ ਗਈ। ਨਾਮਦੇਵ ਜੀ ਦੀ ਬਾਣੀ, ਜਿੰਨਿਆਂ ਲੋਕਾਂ ਨੇ ਇਹ ਗੱਲ ਕਹੀ ਵੀ ਹਿੰਦੂ ਅੰਨਾ ਤੇ ਤੁਰਕੂ ਦੋਵਾਂ ਤੇ, ਇਹਨਾਂ ਦੇ ਭਾਈ ਜੀ ਨਾਮਦੇਵ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਸੀ ਅੱਜ ਤੱਕ। ਜੇ ਅੱਜ ਨਾਮਦੇਵ ਦੁਨੀਆਂ ਦੇ ਉੱਤੇ ਬੋਲਦਾ ਹੈ ਨਾ ਹਰਿਮੰਦਰ ਦੇ ਵਿੱਚ, ਤੇ ਇਸ ਕਰਕੇ ਕਿਉਂਕਿ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ। ਤੁਸੀਂ ਪਕੜ ਰਹੇ ਹੋ ਕਿ ਨਹੀਂ ਜੀ? ਪਰਮਾਤਮਾ ਵਾਲਾ ਮੇਰਾ ਵੀਰ ਪਕੜ ਰਹੇ ਗੱਲ, ਤਾਂ ਉਹਦੀ ਬਾਣੀ ਅਮਰ ਹੋ ਗਈ ਭਗਤ ਨਾਮਦੇਵ ਜੀ ਦੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿੰਦੀ ਦੁਨੀਆਂ ਤੱਕ ਅਮਰ ਨੇ। ਅੱਖ ਵਾਹਿਗੁਰੂ। ਵੇਖੋ ਕਮਾਲ ਦੀ ਗੱਲ ਆ, ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ, ਅੱਖ ਵਾਹਿਗੁਰੂ ਬੋਲੋ ਨਾ, ਰੰਗ ਕਰਕੇ ਖਿਲਾਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਜੀ। ਕੀ? ਗੁਰੂ ਗ੍ਰੰਥ ਸਾਹਿਬ ਦੀ ਮੌਤ ਹੋ ਗਈ। ਐਸੇ ਸੁੱਖ ਜਿਸ ਤਰ੍ਹਾਂ ਇੱਕ ਛੱਪੜ ਸੁੱਕ ਸਕਦਾ ਹੈ, ਇੱਕ ਨਦੀ ਸੁੱਕ ਸਕਦੀ। ਅੱਖ ਵਾਹਿਗੁਰੂ, ਉਹਦੇ ਪਿੱਛੇ ਪਾਣੀ ਨੂੰ ਬੰਨ ਦੋ ਤੇ ਨਦੀ ਸੁੱਕ ਜੂਗੀ। ਆਹ ਤੁਹਾਡੇ ਚਾਰ ਛਪੇਰੇ ਸਮੁੰਦਰ, ਇਹ ਸੁੱਕਦਾ ਨਹੀਂ ਪਤਾ ਲੱਗਾ ਜੀ? ਇਹਨੂੰ ਵੀ ਕੁਛ ਸੁਕਾ ਸਕਦਾ? ਬੋਲਿਆ ਕਰੋ ਗੁਰੂ। ਕਿਉਂ? ਇਹ ਕਿਸੇ ਦਾ ਮੁਹਤਾਜ ਨਹੀਂ, ਇਹ ਆਪੇ ਆਪ ਨਿਰੰਜਨ ਸੋਏ ਆ। ਸਮੁੰਦਰ ਆਪੇ ਆਪ, ਤੇ ਬਾਬਾ ਕਬੀਰ ਜੀ ਜੇ ਤੇ ਰਹਿੰਦੀ ਨਦੀ ਇੱਕ ਜਾਤੀ ਤੱਕ ਰਹਿੰਦੀ ਜਲਾਇਆਂ ਤੱਕ, ਫਿਰ ਤੇ ਕਦੀ ਨਾ ਕਦੀ ਉਹ ਸੁੱਕ ਜਾਣੀ ਸੀ। ਭਗਤ ਰਵਿਦਾਸ ਜੀ ਕੇਵਲ ਉਸ ਬਿਰਤੀ ਉਸ ਪਰਿਵਾਰ ਤੱਕ ਰਹਿੰਦੇ ਜਿਹਨੂੰ ਚਮਾਰ ਬਿਰਤੀ ਕਹਿੰਦੇ, ਅੱਖ ਵਾਹਿਗੁਰੂ, ਉੱਥੇ ਤੱਕ ਰਹਿੰਦੇ ਤੇ ਫਿਰ ਤੇ ਕੋਈ ਦੇਣ ਆਉਣਾ ਸੀ ਜਿਸ ਦਿਨ ਸੁੱਕ ਜਾਂਦੀ। ਛਿੰਬਿਆਂ ਤੱਕ ਰਹਿੰਦਾ ਨਾਮਦੇਵ ਤੇ ਕਦੀ ਸੁੱਕ ਜਾਂਦੀ, ਮਗਰ ਉਹ ਤੇ ਨਦੀਆਂ ਆਣ ਕੇ ਪੈ ਗਈਆਂ। ਬੋਲੋ, ਗੁਰੂ ਸਮੁੰਦਰ ਹੁੰਦਾ ਹੈ, ਗੁਰੂ ਕੀ ਹੁੰਦਾ ਹੈ? ਜਿੰਨਾ ਚਿਰ ਤੱਕ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਈ, ਉਹਨਾਂ ਚ ਉਹਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਨੋਟ ਕਰਿਓ, ਪਕੜ ਰਿਹਾ ਨਾ, ਉਹਨੂੰ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ, ਨਾਮਦੇਵ ਜੀ ਦੀ ਬਾਣੀ ਨੂੰ ਗੁਰੂ ਦਾ ਦਰਜਾ। ਹੁਣ ਕਮਾਲ ਦੀ ਗੱਲ ਆ, ਵਿੱਚ ਸਮੁੰਦਰ ਦੇ ਵਿੱਚ ਆਣ ਕੇ ਪੈ ਗਈ, ਤੇ ਹੁਣ ਇਹਨੂੰ ਕਬੀਰ ਜੀ ਦੀ ਬਾਣੀ ਨਹੀਂ ਕਹਿੰਦੇ, ਇਹਨੂੰ ਨਾਮਦੇਵ ਜੀ ਦੀ ਬਾਣੀ ਨਹੀਂ ਕਹਿੰਦੇ, ਇਹਨੂੰ ਕਹਿੰਦੇ ਗੁਰਬਾਣੀ। ਕੀ ਜੀ? ਗੁਰਬਾਣੀ। ਤੇ ਗੁਰੂ ਦੀ ਬਾਣੀ ਬਣ ਗਈ। ਉਹ ਬਾਬਾ ਕਬੀਰ ਜੀ ਜਿਹਨਾਂ ਦੇ ਕਦੀ ਮੰਦਰ ਨਹੀਂ ਲੱਭਦੇ, ਜਿਹਨਾਂ ਦੀ ਅੱਜ ਸਾਰੀ ਵਿਚਾਰਧਾਰਾ ਉਸ ਪੰਡਿਤ ਦੀ ਵਿਚਾਰਧਾਰਾ ਦੇ ਥੱਲੇ ਦੱਬੀ ਜਾਣੀ ਸੀ,
जे गुरु नानक साहब दीन दुनिया के मालिक उस बनी हुई रोटी नू लिया के इत्थे ना परोसदे। मेरे बाबे नू इन्ना पता सी, बाबा इन्ना ज्ञानवान सी भी कबीर जी की बाणी समाज का भला कर सकती। छोटे अन्न गवाच गए ना, बोलो ना, छोटे अन्न ते करे हुण दसो ये बाबा कबीर जी दे विचारधारा हिंदू ने रहन के नहीं सी, क्योंकि हिंदू की रखता है वर्त रखता, बोलो ना, हिंदू रखता वर्त, ते हिंदू नू ये गल चंगी नहीं सी लगनी। उन्होंने बाबे कबीर जी की बाणी अज नू उन्होंने बड़े बड़े ज्ञान खा ले, बोधि खा ले, ये सारिया विचारधारा खाई जाते। बाबे कबीर जी की बाणी गुरु ग्रंथ साहब होण करके रही दुनिया तक कहती रहूगी। छोटे अन्न करे पखंड, ना सुहागण ना रंग। किन्ने ज्यादा ने बुत पूज पूज हिंदू मुए, तुरक मुए सिर नाई, ओले जारे ओले गाटे तेरी गत कहूं ना। भाई ये पूजती रहनी है बाणी जिहड़ी बाबे नानक दी है। तुहानू लख लख वधाइयां अज बाबा कबीर जी के जन्मदिन दीआं। जिहड़े सुन के चले हो कीड़ी वेखिया, जे कीड़ी वेखी ना आप पिंडा च कीड़िया इतने भी होंगे। अच्छा जे कि उन्होंने खंड का पता लग जाए ना फलाने थान से खंड अगले दिन कली आती है ना कल तो कि दस दौ दो चार पांच प्राणिया जन नानक धूल मंगे ते सुर सिख की जवाब जपे। ਤੁਹਾਡੀ ਧੂੜ ਮੰਗੂਗਾ ਗੁਰੂ ਰਾਮਦਾਸ ਪਾਤਸ਼ਾਹ ਦੋ ਜਹਾਨ ਦਾ ਮਾਲਕ। ਤੁਹਾਡੀ ਤੁਹਾਡੀ ਡਰੋਣਾ ਲਿਖਦਾ ਗੁਰਬਾਣੀ ਚ ਤਿਸ ਗੁਰਸਿੱਖ ਦੀ, ਉਸ ਗੁਰਸਿੱਖ ਦੀ ਮੈਂ ਧੂੜੀ ਮੰਗਦਾ ਜਿਹੜਾ ਆਪ ਜਪੇ। ਜਿਹੜਾ ਆਪ ਗੁਰਦੁਆਰੇ ਆਵੇ ਤੇ ਕਿਸੇ ਹੋਰ ਨੂੰ ਆਖੇ ਭੈਣ ਜੀ ਗੁਰਦੁਆਰੇ ਚੱਲੀਏ। ਬੜੇ ਸੁੰਦਰ ਕੀਰਤਨੀ ਆਏ ਨੇ, ਬੜੀ ਵਿਚਾਰ ਸ਼ਬਦ ਦੀ ਹੁੰਦੀ ਹੈ। ਆਣ ਕੇ ਸਰਵਣ ਕਰੋ, ਇਹ ਜ਼ਿੰਦਗੀ ਲੰਘ ਜਾਣੀ ਹੈ, ਛੋਟੀ ਜਿਹੀ ਜ਼ਿੰਦਗੀ ਆ। ਕਿਸੇ ਨੇ ਇੱਕ ਕਵਿਤਾ ਲਿਖੀ ਸੀ, ਇੱਕ ਮਿੰਟ ਦਿਓ ਮੈਨੂੰ, ਅੱਖੋ ਵਾਹਿਗੁਰੂ, ਤਿੰਨ ਲਾਈਨਾਂ ਦੀ ਕਵਿਤਾ ਸੀ ਜੀ, ਤਿੰਨ ਲਾਈਨਾਂ ਦੀ। ਬਸੰਤ ਰੁੱਤ ਆ ਗਈ, ਬੋਲੋ ਬਸੰਤ ਰੁੱਤ ਆ ਗਈ, ਤੇ ਦੂਸਰੀ ਫੇਰ ਲਾਈਨ ਵਿੱਚ ਇੱਕ ਵਿੱਚ ਲਾਈਨ ਹੋਰ ਲੈ ਕੇ, ਤੇ ਬਸੰਤ ਰੁੱਤ ਆ ਗਈ ਨਹੀਂ ਪਤਾ ਲੱਗਾ ਆ ਗਏ, ਪਹਿਲੋਂ ਲਿਖਿਆ ਸੀ ਆ ਗਈ, ਤੇ ਤੀਸਰੀ ਤੁਕ ਵਿੱਚ ਤੀਸਰੇ ਪੜਾਅ ਵਿੱਚ ਜਾ ਕੇ ਬਾਲ ਜਵਾਨੀ ਔਰ ਬਿਰਧ ਮੁੱਲ, ਜਦੋਂ ਤੀਸਰੀ ਅਵਸਥਾ ਹੋ ਗਈ ਤੇ ਆਪਾਂ ਵੀ ਕਹਾਂਗੇ ਜ਼ਿੰਦਗੀ ਮਿਲ ਗਈ। ਕੀ ਤੇ ਕੁਝ ਕੁ ਦਿਨਾਂ ਤੱਕ ਜ਼ਿੰਦਗੀ ਮਿਲ ਗਈ, ਉਹਦੇ ਤੋਂ ਪਹਿਲੋਂ ਪਹਿਲੋਂ ਕੁਛ ਕਰੀਏ, ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਕਰੀਏ, ਰੱਬ ਦਾ ਨਾਮ ਜਪੀਏ, ਸਤਸੰਗਤ ਵਿੱਚ ਬਹੁਤਾ ਸਮਾਂ ਲਾਈਏ। ਮੇਰੇ ਮਾਧੋ ਜੀ ਸਤਸੰਗਤ ਮਿਲੇ ਕਿ ਮਾਮਿਆਂ ਚਾਚਿਆਂ ਨੂੰ ਮਿਲਿਆ ਤੇ ਤਰਿਆ, ਚੰਗੀ ਤਰ੍ਹਾਂ ਚਿੱਠ ਲਓ, ਲਿਖ ਦਿੱਤਾ ਹੈ ਨਾ ਗੁਰਬਾਣੀ 'ਚ ਵੀ ਜਿਹੜਾ ਸਤਸੰਗਤ ਵਿੱਚ ਬੈਠੂਗਾ ਉਹ ਕੀ ਹੋਊ, ਤਰ ਜਾਊਗਾ। ਬਾਣੀ ਵਿੱਚ ਲਿਖਿਆ ਜੇ ਆ ਭਾਈ ਸਾਹਿਬ ਨੂੰ ਆਉਂਦੀ ਹੋਊਗੀ ਗ੍ਰੰਥੀ ਸਾਹਿਬ ਨੂੰ, ਨਾਮ ਤਰੀਕ ਬੋਲੋ, ਝੂਠੇ ਸਭ ਸਾਫ ਬੋਲੋ, ਜਿਨ੍ਹਾਂ ਰਿਸ਼ਤਿਆਂ ਦੇ ਨਾਂ ਰੱਖੇ ਜਾਂਦੇ ਨੇ, ਮਾਮਾ ਵਾ, ਚਾਚਾ ਵਾ, ਤਾਇਆ ਵਾ, ਨਾਨਾ ਵਾ, ਫੁੱਫਾ ਵਾ, ਇਹਨਾਂ ਦੇ ਨਾਮ ਧਰੇ ਗਏ, ਨਾਮ ਇਹ ਕੀ ਨੇ, ਜਿਨ੍ਹਾਂ ਦਾ ਨਾਂ ਰੱਖਿਆ ਗਿਆ ਗੁਰਬਾਣੀ 'ਚ ਲਿਖਦਾ ਇਹ ਝੂਠੇ ਸਭ ਸਾਫ਼। ਤੇ ਆਹ ਹੁਣ ਤੁਸੀਂ ਸੰਗਤ 'ਚ ਬੈਠੇ ਹੋ, ਮਾਲਕ ਨੂੰ ਪੁੱਛੀਏ ਮਹਾਰਾਜ ਜੀ ਇਹ ਵੀ ਝੂਠੀ, ਕਹਿੰਦੇ ਨਾਂ ਤੇ ਇਹਨੂੰ ਮਾਸੀ ਕਹਿ ਸਕਦੇ ਹੋ, ਇਹ ਕਹਿ ਸਕਦੇ ਹੋ, ਬੋਲੋ ਵੀ ਸੰਗਤ ਮੇਰੀ ਮਾਸੀ ਲੱਗਦੀ, ਚਾਚੀ ਲੱਗਦੀ, ਨਾਨੀ ਲੱਗਦੀ, ਕਹਿ ਸਕਦੇ ਹੋ, ਰਿਸ਼ਤਾ ਕੋਈ ਨਹੀਂ ਮਗਰ ਹੈ ਸੱਜਾ ਨਹੀਂ ਪਤਾ ਲੱਗਦਾ, ਇੱਧਰ ਵੇਖੋ ਰਿਸ਼ਤਾ ਕੋਈ ਨਹੀਂ ਮਗਰ ਹੈ ਸੱਚਾ, ਜਿੰਨੇ ਨਾਮ ਝੂਠੇ ਨੇ ਇਹ ਕੁਟੁੰਬ ਤੂੰ ਜੇ ਦੇਖਦਾ ਉਹਦੇ ਨਾਲ ਨਹੀਂ ਜੇ ਜਾਣਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖੋ, ਜਿਹੜਾ ਸੰਗਤ ਵਿੱਚ ਆਊਗਾ ਉਹ ਤਰ ਜਾਊਗਾ। ਆਪਣੀ ਜ਼ਿੰਦਗੀ ਵਿੱਚੋਂ ਬਹੁਤਾ ਸਮਾਂ ਗੁਰੂ ਨਾਨਕ ਦੀ ਸੰਗਤ ਵਿੱਚ ਕੱਢਿਆ ਕਰੋ, ਕਿਤੇ ਵੀ ਸੰਗਤ ਹੋਵੇ ਉੱਥੇ ਜਾਇਆ ਕਰੋ, ਕੁਝ ਘੜੀਆਂ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੂਗਾ ਹੀ ਨਾ, ਅਦਬ ਨਾਲ ਬੈਠੋਗੇ ਹੀ ਨਾ। ਮਾਲ ਸਾਰਿਆਂ ਦਾ ਤੁਹਾਡਾ ਭਲਾ ਕਰੇ, ਕੱਲ੍ਹ ਸਮੇਂ ਸਿਰ ਫਿਰ ਆਇਓ, 8 ਤੋਂ 9 ਵਜੇ ਤੱਕ ਆਪ ਜੀ ਦੇ ਜੋੜੇ ਝੜਾਂਗੇ। ਲੜੀਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਬਾਣੀ ਦੀ ਕਥਾ ਚੱਲ ਰਹੀ ਆ, ਉਹਦਾ ਨਾਂ ਹੈ ਦੱਖਣੀ ਓਮਕਾਰ। ਬੋਲੋ ਭਲਾ ਦੱਖਣੀ ਸਿੱਧ ਗੋਸ਼ਟ ਤੋਂ ਪਹਿਲੋਂ ਬਾਣੀ ਆਉਂਦੀ ਹੈ, ਜਿੱਥੇ ਦੱਖਣ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਪਾਂਡੇ ਨਾਲ ਸਵਾਲ ਜਵਾਬ ਕੀਤੇ ਨੇ।
ਉਹਦੀ ਲੜੀਵਾਰ ਕਥਾ ਚੱਲ ਰਹੀ, ਅਗਲੇ ਬਚਨ ਦੀ ਕੱਲ੍ਹ ਵਿਚਾਰ ਹੋਣੀ ਹੈ। ਅੱਜ ਆਪ ਜੀ ਦਾ ਸੁਭਾਅ ਹੀ ਜਾਣਨ ਨੂੰ ਬਾਬਾ ਕਬੀਰ ਜੀ ਦੀ ਕਥਾ ਕਰ ਲਈ ਹੈ ਅਤੇ ਉਹ ਮੈਂ ਛੱਡਤਾ ਦਿਨ ਅੱਜ ਕੱਲ੍ਹ ਤੋਂ ਰਿਕਾਰਡ ਹੋ ਰਹੀ ਹੈ ਉਹ ਸਾਰੀ ਕਥਾ। ਸਤਿਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਉੱਤੇ, ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਵੇ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ।